ਜਿਹੜੀ ਰਿਲੇਸ਼ਨਸ਼ਿਪ ਅਮਰੀਕਾ ਅਤੇ ਭਾਰਤ ਦੀ ਇੱਕ ਰਿਲੇਸ਼ਨਸ਼ਿਪ ਤੋਂ ਪਾਰਟਨਰਸ਼ਿਪ 'ਚ ਟ੍ਰਾਂਸਫੋਰਮ ਹੋਈ ਹੈ, ਉਹ ਮਿਸ ਨਾ ਕਰਿਓ। ਉਹ ਹਵਾਈ ਗੱਲ ਨਹੀਂ ਹੈ, ਕਿਉਂਕਿ ਜਿਹੜੀਆਂ ਅਮਰੀਕਨ ਕੰਪਨੀਆਂ ਟੌਪ ਦੀਆਂ ਕੰਪਨੀਆਂ, ਉਹਨਾਂ ਦੀ ਇਨਵੈਸਟਮੈਂਟ ਭਾਰਤ 'ਚ ਆਈ ਹੈ, ਆ ਰਹੀ ਹੈ। ਇਹ ਮੇਰਾ ਘਰ ਹੈ ਬਾਈ, ਮੈਂ ਰਿਟਾਇਰ ਹੋ ਕੇ ਇੱਥੇ ਵਾਪਸ ਆਇਆ। ਅਤੇ ਘਰ ਆਉਣ ਦਾ ਤੁਹਾਡੀ ਫੈਮਿਲੀ ਹਰ ਵਾਰੀ ਪੁੱਛਦੀ ਆ ਕੀ ਪਰਪਸ ਹੈ, ਜਾਂ ਫੌਜੀ ਵਾਪਸ ਆਉਂਦਾ 35-36 ਸਾਲ ਸਰਵਿਸ ਕਰਕੇ, ਤੁਸੀਂ ਉਹਨੂੰ ਪੁੱਛਦੇ ਹੋ ਤੂੰ ਕੀ ਪਰਪਸ ਲਈ ਵਾਪਸ ਆਇਆ, ਜਾਂ ਤੁਸੀਂ ਉਹਨੂੰ ਪੁੱਛਦੇ ਤੂੰ ਅੰਮ੍ਰਿਤਸਰ ਹੀ ਸਰਵਿਸ ਕੀਤੀ ਆ, ਜੰਮੂ ਕਿਉਂ ਕੀਤੀ ਆ। ਉਸ ਤਰ੍ਹਾਂ ਹੀ ਮੈਂ ਭਾਰਤੀ ਵਿਦੇਸ਼ ਸੇਵਾ 'ਚ 36 ਸਾਲ ਕੰਮ ਕੀਤਾ। ਅੰਮ੍ਰਿਤਸਰ 'ਚ ਇੰਟਰਨੈਸ਼ਨਲ ਏਅਰਪੋਰਟ ਹੈ ਬੜੇ ਸਾਲਾਂ ਦਾ। ਸਾਡੇ ਇੱਥੇ ਕਾਰਗੋ ਫੈਸਿਲਿਟੀ ਜਿਹੜੀ ਹੈ ਉਹ ਇਸ ਵੇਲੇ 20% ਯੂਜ ਹੋ ਰਹੀ ਹੈ। ਉਹ ਕਿਉਂ ਹੋ ਰਹੀ ਹੈ ਉਹ ਵੀ ਤਾਂ ਸਵਾਲ ਪੁੱਛੋ। ਮੈਂ ਕਹਿੰਦਾ ਕਿ 100% ਯੂਜ ਹੋਣੀ ਚਾਹੀਦੀ ਹੈ ਔਰ ਕਰਵਾਵਾਂਗੇ। ਅਗਰ ਕੋਵਿਡ ਦੇ ਦੌਰਾਨ ਫੈਡਐਕਸ ਤੋਂ ਮੈਂ 10 ਫਲਾਈਟਾਂ ਫ੍ਰੀ ਚਲਾ ਸਕਦਾ ਜਿਹਦੇ 'ਚ ਆਕਸੀਜਨ ਦੇ ਸਿਲੰਡਰ ਆਏ ਇੰਡੀਆ 'ਚ, ਅਤੇ ਇੱਥੋਂ ਕਿਉਂ ਨਹੀਂ ਚਲਾ ਸਕਦੇ? ਬਿਲਕੁਲ ਚਲਾ ਸਕਦੇ ਹਾਂ। ਤੁਸੀਂ ਕਿਹਾ ਕਿ ਟ੍ਰਾਂਜ਼ਿਟ ਥਰੂ ਪਾਕਿਸਤਾਨ ਬਿਲਕੁਲ ਹੋਣਾ ਚਾਹੀਦਾ, ਆਪਾਂ ਬਿਲਕੁਲ ਸਪੋਰਟ ਕਰਾਂਗੇ, ਲੇਕਿਨ ਉਹ ਇੱਕ ਸਾਧਨ ਹੈ। ਮੈਂ ਤੁਹਾਨੂੰ 3 ਸਾਧਨ ਦੱਸਦਾ ਕਿ ਕੱਲ੍ਹ ਇੱਕ ਬੰਦ ਹੋਵੇ ਤਾਂ ਦੂਜੇ 2 ਚੱਲਣ। ਤੀਜਾ ਸਾਧਨ ਆਪਣਾ ਰੇਲ ਲਿੰਕ ਜਿਹੜਾ ਆ, ਅਗਰ ਪੱਟੀ ਤੁਹਾਨੂੰ ਪਤਾ 35 ਕਿਲੋਮੀਟਰ ਦਾ ਫਰਕ ਰਹਿ ਗਿਆ ਸਿਰਫ, ਉਹਦੇ ਲਈ ਆਪਾਂ ਜ਼ੋਰ ਲਗਾਈਏ। ਮੈਂ ਵੈਸ਼ਨਵ ਸਾਹਿਬ ਨਾਲ ਗੱਲ ਕੀਤੀ ਆ, ਮੈਂ ਉਹਨਾਂ ਨੂੰ ਬੜੇ ਸਾਲਾਂ ਦਾ ਜਾਣਦਾ ਹੈ, ਉਹ ਅਸੀਂ ਲਿੰਕ ਚਲਾਵਾਂਗੇ। ਉਹਨਾਂ 300 ਕਿਲੋਮੀਟਰ ਜਿਹੜਾ ਰੇਲਵੇ ਦਾ ਲਿੰਕ ਆ ਉਹ ਕਵਰ ਹੋ ਜਾਏਗਾ ਕਿ ਆਪਾਂ ਏਅਰ ਕਾਰਗੋ, ਆਪਾਂ ਜਿਹੜਾ ਪਾਕਿਸਤਾਨ ਦੇ ਥਰੂ ਟ੍ਰਾਂਜ਼ਿਟ ਆ, ਅਤੇ ਆਪਾਂ ਰੇਲਵੇ ਲਿੰਕ, ਆ ਤਿੰਨੋਂ ਕਰਵਾਵਾਂਗੇ। ਇਹ ਮੇਰਾ ਘਰ ਹੈ ਬਾਈ, ਮੈਂ ਰਿਟਾਇਰ ਹੋ ਕੇ ਇੱਥੇ ਵਾਪਸ ਆਇਆ। ਅਤੇ ਘਰ ਆਉਣ ਦਾ ਤੁਹਾਡੀ ਫੈਮਿਲੀ ਹਰ ਵਾਰੀ ਪੁੱਛਦੀ ਆ ਕੀ ਪਰਪਸ ਹੈ, ਜਾਂ ਫੌਜੀ ਵਾਪਸ ਆਉਂਦਾ 35-36 ਸਾਲ ਸਰਵਿਸ ਕਰਕੇ, ਤੁਸੀਂ ਉਹਨੂੰ ਪੁੱਛਦੇ ਹੋ ਤੂੰ ਕੀ ਪਰਪਸ ਲਈ ਵਾਪਸ ਆਇਆ, ਜਾਂ ਤੁਸੀਂ ਉਹਨੂੰ ਪੁੱਛਦੇ ਤੂੰ ਅੰਮ੍ਰਿਤਸਰ ਹੀ ਸਰਵਿਸ ਕੀਤੀ ਆ, ਜੰਮੂ ਕਿਉਂ ਕੀਤੀ ਆ। ਉਸ ਤਰ੍ਹਾਂ ਹੀ ਮੈਂ ਭਾਰਤੀ ਵਿਦੇਸ਼ ਸੇਵਾ 'ਚ 36 ਸਾਲ ਕੰਮ ਕੀਤਾ, ਕਈ ਜਗ੍ਹਾ 'ਚ ਕੀਤਾ ਹੈ। ਜਦੋਂ ਸ਼੍ਰੀਲੰਕਾ 'ਚ ਬੰਬ ਚੱਲੇ ਸੀ ਉਦੋਂ ਵੀ ਉੱਥੇ ਸੀਗਾ, ਅਤੇ ਜਿੱਥੇ ਮੇਰੀ ਭਾਰਤ ਸਰਕਾਰ ਨੇ ਡਿਊਟੀ ਲਾਈ ਉੱਥੇ ਆਪਾਂ ਡਟ ਕੇ ਕੰਮ ਕੀਤਾ। ਅਮਰੀਕਾ 'ਚ ਪਿਛਲੇ 4 ਸਾਲ ਉਹ ਤਾਂ ਤੁਸੀਂ ਦੇਖਿਆ ਹੀ ਹੈ, ਅਤੇ ਮੈਂ ਜ਼ਿਆਦਾ ਰਿਪੀਟ ਨਹੀਂ ਕਰਨਾ, ਲੇਕਿਨ ਇੱਕ ਤੁਹਾਨੂੰ ਚੀਜ਼ ਜ਼ਰੂਰ ਦੱਸਣੀ ਆ, ਜਿਹੜੀ ਰਿਲੇਸ਼ਨਸ਼ਿਪ ਅਮਰੀਕਾ ਅਤੇ ਭਾਰਤ ਦੀ ਇੱਕ ਰਿਲੇਸ਼ਨਸ਼ਿਪ ਤੋਂ ਪਾਰਟਨਰਸ਼ਿਪ 'ਚ ਟ੍ਰਾਂਸਫੋਰਮ ਹੋਈ ਹੈ, ਉਹ ਮਿਸ ਨਾ ਕਰਿਓ। ਉਹ ਹਵਾਈ ਗੱਲ ਨਹੀਂ ਹੈ, ਕਿਉਂਕਿ ਜਿਹੜੀਆਂ ਅਮਰੀਕਨ ਕੰਪਨੀਆਂ ਟੌਪ ਦੀਆਂ ਕੰਪਨੀਆਂ, ਉਹਨਾਂ ਦੀ ਇਨਵੈਸਟਮੈਂਟ ਭਾਰਤ 'ਚ ਆਈ ਹੈ, ਆ ਰਹੀ ਹੈ। ਤੁਸੀਂ ਪਿਛਲੇ ਸਾਲ ਜਦੋਂ ਮੋਦੀ ਸਾਹਿਬ ਉੱਥੇ ਗਏ ਸੀ ਸਟੇਟ ਵਿਜ਼ਿਟ, ਤੁਸੀਂ ਘਰ ਜਾ ਕੇ ਉਹਦੇ ਨਾਲ ਇੱਕ ਜੁਆਇੰਟ ਸਟੇਟਮੈਂਟ ਨਿਕਲੀ ਸੀ, ਇੱਕ ਡਾਕੂਮੈਂਟ ਨਿਕਲਿਆ ਸੀ। ਮੈਂ ਤੁਹਾਨੂੰ ਸੈਰੀਮੋਨੀਅਲ ਦਾ ਤਾਂ ਬੜਾ ਕੁਛ ਕਹਿ ਸਕਦਾ, ਤੁਸੀਂ ਆਪ TV 'ਚ ਦੇਖਿਆ, ਲੇਕਿਨ ਉਹ ਜੁਆਇੰਟ ਸਟੇਟਮੈਂਟ ਵੀ ਕੱਢਿਓ। ਪਹਿਲੀ ਗੱਲ ਉਹਦੇ ਲਿਖਿਆ ਕਿ ਸੇਮੀ ਕੰਡਕਟਰ ਦੀ ਇਨਵੈਸਟਮੈਂਟ ਸਭ ਤੋਂ ਵੱਡੀ
ਦੁਨੀਆ ਦੀ ਕੰਪਨੀ ਜਿਹੜੀ ਮਾਈਕਰੋਨ ਉਹ ਇੰਡੀਆ 'ਚ ਕਰੂਗੀ, ਔਰ ਉਹਦਾ ਫਾਊਂਡੇਸ਼ਨ ਸਟੋਨ ਵੀ ਲੇਟ ਹੋ ਗਿਆ, ਫੈਕਟਰੀ ਲੱਗਣੀ ਸ਼ੁਰੂ ਹੋ ਗਈ ਹੈ, ਫਸਟ ਸੋਲਰ। ਆਪਾਂ ਐਨਰਜੀ ਨਾਲ ਇੰਨੇ ਤੰਗ ਰਹਿੰਦੇ ਹਾਂ ਕਿ ਯਾਰ ਬਿਜਲੀ ਚਲੀ ਗਈ, ਉਹਦਾ ਸਲਿਊਸ਼ਨ ਸਾਨੂੰ ਸਾਰਿਆਂ ਨੂੰ ਪਤਾ ਕਿ ਭਾਰਤ ਲਈ ਸੋਲਰ ਐਨਰਜੀ ਹੈ, ਉਹ ਸਭ ਤੋਂ ਵੱਡੀ ਸੋਲਰ ਐਨਰਜੀ ਦੀ ਫੈਕਟਰੀ ਜਿਹੜੀ ਫਸਟ ਸੋਲਰ ਦੀ ਉਹ ਚੇਨਈ 'ਚ ਲੱਗ ਰਹੀ ਹੈ। ਉਸੇ ਸਟੇਟਮੈਂਟ 'ਚ ਗੂਗਲ, IBM, ਮਾਈਕਰੋਸਾਫਟ ਦੀਆਂ ਇਨਵੈਸਟਮੈਂਟਾਂ ਪੜ੍ਹ ਲੈਣਾ, ਉਸੇ 'ਚ ਹੀ ਜਿਹੜੀ ਆਪਾਂ ਗਾਂ ਨੂੰ ਜਿਹੜੀ ਸੈੱਲ ਫੋਨ ਦੀ ਆਪਣਾ ਮੋਬਾਈਲ ਦੀ ਇਨਵੈਸਟਮੈਂਟ ਹੈ ਉਹ ਵੀ ਦੇਖ ਲੈਣਾ, ਉਹ ਵੀ ਹਿੰਦੁਸਤਾਨ 'ਚ ਹੋ ਰਹੀ ਹੈ। ਸੋ ਇਸ ਤਰ੍ਹਾਂ ਦੀਆਂ ਕਈ ਇਨਵੈਸਟਮੈਂਟਸ ਇੰਡੀਆ 'ਚ ਆਈਆਂ। ਉਹਦਾ ਕੀ ਮਤਲਬ ਹੈ? ਉਹਦਾ ਮਤਲਬ ਇਹ ਹੈ ਕਿ ਜਿਹੜੀਆਂ ਨੌਕਰੀਆਂ ਨੇ ਉਹ ਵੀ ਇੰਡੀਆ 'ਚ ਹੀ ਆਉਣਗੀਆਂ, ਆ ਰਹੀਆਂ ਨੇ। ਇਹ ਯਾਦ ਰੱਖੋ, ਇੰਡੀਆ 'ਚ ਇਸ ਵੇਲੇ 50% ਪਾਪੂਲੇਸ਼ਨ, ਟੋਟਲ 1.4 ਬਿਲੀਅਨ ਪਾਪੂਲੇਸ਼ਨ ਹੈ, ਉਹਦੀ 50% 26 ਸਾਲ ਤੋਂ ਘੱਟ ਹੈ। ਔਰ ਜਿਹੜੀਆਂ ਟ੍ਰੈਡੀਸ਼ਨਲ ਪਾਵਰ ਹਾਊਸਿਸ ਨੇ ਜਰਮਨੀ, ਫਰਾਂਸ, ਉਹਨਾਂ ਦੀ ਐਵਰੇਜ ਦੇਖੋ, ਉਹ ਸਾਰੇ ਦੇਸ਼ ਬੁੱਢੇ ਹੋ ਰਹੇ ਨੇ। ਇਸ ਕਰਕੇ ਅਗਰ ਅਸੀਂ ਆਪਣੀ ਐਜੂਕੇਸ਼ਨ, ਜਿਹੜੀ ਨਿਊ ਐਜੂਕੇਸ਼ਨ ਪੋਲਿਸੀ 'ਤੇ ਫੋਕਸ ਹੈ ਕਿ ਸਾਡੀ ਐਜੂਕੇਸ਼ਨ ਡਿਗਰੀ ਓਰੀਐਂਟਡ ਨਹੀਂ, ਸਕਿੱਲ ਓਰੀਐਂਟਡ ਹੋਣੀ ਚਾਹੀਦੀ ਹੈ, ਇਹ ਸਾਰੀਆਂ ਨੌਕਰੀਆਂ ਸਾਡੇ ਯੂਥ ਨੂੰ ਮਿਲਣਗੀਆਂ। ਅਤੇ ਮੈਂ ਇਹ ਚਾਹੁੰਦਾ ਹਾਂ ਕਿ ਜਿਹੜਾ ਮੇਰਾ ਐਕਸਪੀਰੀਅੰਸ ਹੈ ਉਹ ਮੇਰੇ ਘਰ ਮਤਲਬ ਅੰਮ੍ਰਿਤਸਰ ਦੇ ਵੀ ਕੰਮ ਆਵੇ। ਤੁਸੀਂ ਸਿਆਸੀ ਪਾਰੀ ਸ਼ੁਰੂ ਕਰਨ ਜਾ ਰਹੇ ਹੋ, ਭਾਰਤੀ ਜਨਤਾ ਪਾਰਟੀ ਨੇ ਚੋਣ ਮੈਦਾਨ 'ਚ ਉਤਾਰਿਆ ਹੈ, ਇਸ ਨਵੀਂ ਇਨਿੰਗ ਬਾਰੇ ਕੀ ਕਹੋਗੇ? ਦੇਖੋ, ਮੈਂ ਪਹਿਲਾਂ 36 ਸਾਲ ਜਿਹੜਾ ਕੰਮ ਕੀਤਾ ਉਹ ਵੀ ਪਬਲਿਕ ਸਰਵਿਸ ਸੀਗੀ, ਇਹ ਵੀ ਇੱਕ ਤਰ੍ਹਾਂ ਦੀ ਪਬਲਿਕ ਸਰਵਿਸ ਹੈ। ਮੈਂ ਪੋਲੀਟਿਕਸ ਨੂੰ ਇੱਕ ਐਂਡ ਨਹੀਂ ਸਮਝਦਾ। ਜਦੋਂ ਮੈਂ ਕਹਿੰਦਾ ਕਿ ਆਪਾਂ ਸਾਫ਼ ਸੁਥਰੀ ਪੋਲੀਟਿਕਸ ਰਾਜਨੀਤੀ ਕਰਾਂਗੇ, ਤਾਂ ਮੇਰਾ ਫੋਕਸ ਹੈ ਕਿ ਅੰਮ੍ਰਿਤਸਰ ਦੇ ਲੋਕਾਂ ਲਈ ਬੈਨੀਫਿਟ ਹੋਵੇ, ਸਾਰੇ ਆਪਣੇ ਭਰਾਵਾਂ ਅਤੇ ਭੈਣਾਂ ਦੀਆਂ ਇਨਕਮਾਂ ਵਧਣ, ਐਗਰੀਕਲਚਰ 'ਚ, ਇੰਡਸਟਰੀ 'ਚ, ਟੂਰਿਜ਼ਮ 'ਚ, ਅਤੇ ਐਜੂਕੇਸ਼ਨ ਅਤੇ ਸਕਿੱਲਸ ਦੇ ਥਰੂ। ਤਾਂ ਮੈਂ ਇਹ ਜਿਹੜੀ ਅਗਲੀ ਤੁਸੀਂ ਪੀੜ੍ਹੀ ਕਹੀ ਆ, ਅਗਲੀ ਸਟੈਪਸ, ਮੈਂ ਇੱਕ ਇਹਨੂੰ ਹੀ ਕੰਟੀਨਿਊਏਸ਼ਨ ਸਮਝਦਾ। ਹੁਣ ਤੁਸੀਂ ਹੋਰ ਸਮਝੋ ਜਾਂ ਕੋਈ ਹੋਰ ਮੇਰੇ 'ਤੇ ਮਿੱਟੀ ਸੁੱਟੇ, ਕੋਈ ਗੱਲ ਨਹੀਂ, ਲੇਕਿਨ ਆਪਾਂ ਸਾਰੇ ਜਿੰਨੇ ਹੀ ਪਬਲਿਕ ਸਰਵੈਂਟ ਨੇ, ਜਿੰਨੇ ਹੀ ਬਿਊਰੋਕਰੈਟਸ ਨੇ, ਜਿੰਨੇ ਹੀ ਪੋਲੀਟੀਸ਼ਨ ਹੈ ਅਤੇ ਜਿੰਨੇ ਹੀ ਜਰਨਲਿਸਟ ਨੇ ਇੱਥੇ, ਕਿਉਂਕਿ ਤੁਸੀਂ ਸਾਰੇ ਪੜ੍ਹੇ ਲਿਖੇ ਹੋ, ਇਹ ਤੁਹਾਡੇ ਸਾਰਿਆਂ ਦੀ ਰਿਸਪੋਂਸੀਬਿਲਟੀ ਹੈ, ਮੇਰੀ ਵੀ ਹੈ, ਕਿ ਸਾਡੇ ਕੋਲ ਜਿਹੜਾ ਐਕਸਪੀਰੀਅੰਸ ਹੈਗਾ ਅਸੀਂ ਉਹ ਯੂਜ਼ ਕਰੀਏ ਆਪਣੇ ਯੂਥ ਲਈ, ਆਪਣੇ ਬੱਚਿਆਂ ਲਈ। ਅਮੈਰੀਕਾ ਨੇ ਜੋ ਇੰਡੀਆ ਦੇ ਵਿੱਚ ਹੋਇਆ, ਜਦੋਂ ਕੇਜਰੀਵਾਲ ਦੀ ਅਰੈਸਟ ਕੀਤੀ
ਕੇਜਰੀਵਾਲ ਸਾਹਿਬ ਨੇ ਬੜਾ ਉਹਨਾਂ ਨੇ ਸਖ਼ਤ ਕਮੈਂਟ ਕੀਤੇ, ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਸੀ ਜਾਂ ਪੋਲੀਟੀਕਲ ਤੌਰ ਤੇ ਤੁਸੀਂ ਕੀ ਸੋਚਦੇ ਹੋ ਕਿ ਇਸ ਤਰ੍ਹਾਂ ਦੀ ਦਖਲਅੰਦਾਜ਼ੀ ਕਿਤੇ ਕਿਉਂਕਿ ਤੁਸੀਂ ਰਹਿ ਕੇ ਆਏ ਹੋ? ਦੇਖੋ ਆਪਾਂ ਤਾਂ ਅੰਮ੍ਰਿਤਸਰ ਦੀ ਗੱਲ ਕਰਦੇ ਹਾਂ, ਤੁਸੀਂ ਤਾਂ ਬਹੁਤ ਵੱਡੇ ਇੰਟਰਨੈਸ਼ਨਲ ਜਰਨਲਿਸਟ ਹੋ, ਉਧਰ ਗੱਲ ਚੱਲ ਪਏ, ਸੁਣ ਲਓ ਮੇਰੀ ਗੱਲ, ਮੇਰੀ ਗੱਲ ਸੁਣ। ਉਹਦੇ ਬਾਰੇ ਵਿਦੇਸ਼ ਮੰਤਰਾਲੇ ਨੇ ਜਵਾਬ ਦਿੱਤਾ ਆ। ਮੈਂ 1 ਫਰਵਰੀ ਨੂੰ ਰਿਟਾਇਰ ਹੋ ਗਿਆ ਭਾਅ ਜੀ। ਮੈਂ ਸਿਰਫ ਤੁਹਾਨੂੰ ਇਹ ਦੱਸਾਂਗਾ ਕਿ ਡੈਮੋਕ੍ਰੇਸੀ 'ਚ ਆਪਾਂ ਯਾਰ ਗਲਤ ਮੇਰੀ ਸੁਣ ਲਾ, ਮੇਰੀ ਗਲਤ ਸੁਣ ਲਾ, ਗਲਤ ਸੁਣ ਲਾ, ਗਲਤ ਸੁਣ ਲਾ। ਇਹ ਮੈਨੂੰ ਦੱਸੋ, ਆਪਾਂ ਜਦੋਂ ਐਜ਼ ਅ ਫੈਮਿਲੀ ਰਾਤ ਨੂੰ ਡਿਨਰ ਕਰਦੇ ਹਾਂ, ਆਪਣੇ ਬੱਚੇ ਅਤੇ ਸਾਡੇ ਸਾਰਿਆਂ ਦੇ ਵਿਊ ਸੇਮ ਹੁੰਦੇ ਆ, ਕੋਈ ਨਾ ਕੋਈ ਪਰਸੈਪਸ਼ਨ ਹੁੰਦਾ ਆ। ਲੇਕਿਨ ਉਹ ਪਰਸੈਪਸ਼ਨ ਦਾ ਇਹ ਮਤਲਬ ਨਹੀਂ ਕਿ ਸਾਡਾ ਰਿਲੇਸ਼ਨਸ਼ਿਪ ਟੁੱਟ ਜਾਂਦਾ ਹੈ। ਦੇਖੋ ਇਹ ਦੋਵੇਂ ਵੱਡੀਆਂ ਡੈਮੋਕ੍ਰੇਸੀਜ਼ ਨੇ, ਕੁਛ ਨਾ ਕੁਛ ਚੈਲੇਂਜਸ ਤਾਂ ਆਲਵੇਜ਼ ਰਹਿਣਗੇ। ਕਰੰਟ ਚੈਲੇਂਜਸ ਬਾਰੇ ਕਮੈਂਟ ਕਰਨਾ ਮੇਰੀ ਰਿਸਪੋਂਸੀਬਿਲਟੀ ਨਹੀਂ ਹੈ, ਕਿਉਂਕਿ ਮੈਂ ਉੱਥੋਂ ਛੱਡ ਕੇ ਆ ਗਿਆ ਹੈ। ਜਿਹੜੀ ਕਰੰਟ ਸਿਚੁਏਸ਼ਨ ਹੈ ਉਹਦੇ ਬਾਰੇ ਵਿਦੇਸ਼ ਮੰਤਰਾਲੇ ਦਾ ਸਪੋਕਸਮੈਨ ਰਾਈਟ ਪਰਸਨ ਹੈ ਜਿਹੜਾ ਕਮੈਂਟ ਦੇਗਾ, ਅਤੇ ਉਹਨੇ ਕੀਤਾ ਵੀ ਹੈ। ਮੈਂ ਬੜੇ ਸਿੱਧੇ ਮੁੱਦੇ ਤੁਹਾਨੂੰ ਦੱਸਦਾ, ਔਰ ਇਹਦੇ 'ਚ ਤੁਹਾਡੀ ਵੀ ਇਨਵੋਲਵਮੈਂਟ ਚਾਹੀਦੀ, ਕਿਉਂਕਿ ਤੁਸੀਂ ਵੀ ਪੁੱਛੋ। ਪਹਿਲੀ ਗੱਲ, ਸਾਡੇ ਇੱਥੇ ਅੰਮ੍ਰਿਤਸਰ 'ਚ 1.5 ਲੱਖ ਵਿਜ਼ਿਟਰ ਹਰ ਦਿਨ ਆਉਂਦਾ ਹੈ, ਵੀਕਐਂਡ 'ਚ ਕਹਿੰਦੇ 2.5 ਲੱਖ ਹੋ ਜਾਂਦਾ। 1.5 ਲੱਖ ਬਹੁਤ ਵੱਡਾ ਨੰਬਰ ਹੈ। ਮੈਂ ਵਰਡ ਯੂਜ਼ ਕੀਤਾ ਵਿਜ਼ਿਟਰ, ਉਹਨੂੰ ਟੂਰਿਸਟ ਕਨਵਰਟ ਕਰਨਾ ਸਾਡੇ ਆਪਣੇ ਹੱਥ 'ਚ ਹੈ। ਸਾਡੇ ਇੱਥੇ ਦਰਬਾਰ ਸਾਹਿਬ ਹੈ, ਸਾਡੇ ਇੱਥੇ ਦੁਰਗਿਆਨਾ ਮੰਦਿਰ ਹੈ, ਸਾਡੇ ਇੱਥੇ ਰਾਮ ਤੀਰਥ ਹੈ, ਸਾਡੇ ਇੱਥੇ ਜਲਿਆਂਵਾਲਾ ਬਾਗ ਹੈ, ਸਾਡੇ ਇੱਥੇ ਬਾਰਡਰ ਹੈ, ਬਾਰਡਰ ਦੀ ਸੈਰੇਮਨੀ ਬੜੀ ਫੇਮਸ ਹੈ, ਸਾਡੇ ਇੱਥੇ ਇੰਨੀ ਸੋਹਣੀ ਬਿਲਡਿੰਗ ਆ ਖਾਲਸਾ ਕਾਲਜ ਦੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ, ਕਿੰਨੇ ਗੇਟ ਨੇ। ਮਤਲਬ ਅਸੀਂ ਜਿਹੜਾ ਵਿਜ਼ਿਟਰ ਆਉਂਦਾ ਆ ਉਹਨੂੰ ਕਮ ਸੇ ਕਮ ਇਹੋ ਜਿਹੀਆਂ ਅਟਰੈਕਸ਼ਨ ਰੱਖਣੀਆਂ ਚਾਹੀਦੀਆਂ ਕਿ 2 ਜਾਂ 3 ਦਿਨ ਉਹ ਰਹਿ ਕੇ ਜਾਵੇ। ਉਹਦੇ ਅੱਗੇ ਸਾਡੇ ਜਿਹੜਾ ਸਾਡਾ ਇੱਥੇ ਯੂਥ ਹੈ, ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ, ਪਰ ਗਲਤ ਹੋਇਆ ਤਾਂ ਮੈਨੂੰ ਦੱਸ ਦਿਓ। ਤੁਹਾਨੂੰ ਪਤਾ ਦੁਨੀਆ ਭਰ 'ਚ ਇਸ ਵੇਲੇ ਸਟਾਰਟਅਪ ਦਾ ਫੈਸ਼ਨ ਹੈ, ਇੰਡੀਆ 'ਚ ਵੀ ਸਭ ਤੋਂ ਜ਼ਿਆਦਾ ਸਟਾਰਟਅਪ ਪਿਛਲੇ 4-5 ਸਾਲ 'ਚ ਹੋਏ ਨੇ। 110 ਬਿਲੀਅਨਰ ਸਟਾਰਟਅਪਸ ਬਣ ਗਏ ਨੇ। ਹੁਣ ਅਗਰ ਇਹ ਟੂਰਿਸਟ ਆਉਂਦਾ ਆ ਤਾਂ ਸਾਡੇ ਬੱਚੇ 5 ਦਾ ਜਾਂ 10 ਦਾ ਇੱਕ ਗਰੁੱਪ ਬਣਾ ਲੈਣ, ਇੱਕ ਸਟਾਰਟਅਪ ਬਣਾ ਲੈਣ, ਉਹ ਸਰਟੀਫਾਈਡ ਹੋਵੇ ਔਰ ਟੂਰਿਜ਼ਮ ਉਹਨੂੰ ਸਰਟੀਫਾਈ ਕਰੇ। ਕਿਉਂ ਨਹੀਂ ਕਰਦੀ? ਕਰਨਾ ਚਾਹੀਦਾ ਹੈ। ਔਰ ਬਾਹਰ ਦਾ ਜਿਹੜਾ ਸਾਡੇ ਭਾਈਚਾਰੇ ਦਾ ਇੱਥੇ ਆਉਂਦਾ ਆ, ਉਹ ਇੰਟਰਨੈਟ 'ਤੇ ਉਹਨਾਂ ਨੂੰ ਮੈਸੇਜ ਕਰੂਗਾ, ਉਹ ਸਾਡੇ ਬੱਚੇ ਉਹਨਾਂ ਨੂੰ ਰਿਸੀਵ ਕਰਨਗੇ ਏਅਰਪੋਰਟ 'ਤੇ, ਇੱਕ ਗੱਡੀ ਔਰਗਨਾਈਜ਼ ਕਰ ਦੇਣਗੇ,
ਉਹਨਾਂ 'ਚੋਂ ਹੀ ਇੱਕ ਬੱਚਾ ਉਹਨਾਂ ਦਾ ਗਾਈਡ ਬਣ ਜਾਏਗਾ। ਉਹ ਪੜ੍ਹਿਆ ਲਿਖਿਆ ਆ, ਅੰਗਰੇਜ਼ੀ 'ਚ ਜਾਣਦੇ ਹੀ ਨੇ, ਅਤੇ ਕਈ ਆਪਣੇ ਵਿਜ਼ਿਟਰ ਤਾਂ ਪੰਜਾਬੀ ਜਾਣਦੇ ਨੇ, ਹਿੰਦੀ ਬੋਲਦੇ ਨੇ। ਤੁਸੀਂ ਇਹ ਦੇਖੋ ਕਿ ਇੱਕ ਛੋਟੀ ਜਿਹੀ ਐਫਰਟ ਤੋਂ ਹੀ ਇੰਪਲੋਇਮੈਂਟ ਜਨਰੇਸ਼ਨ ਵਧੇਗੀ ਕਿ ਨਹੀਂ। ਇਸ ਤਰ੍ਹਾਂ ਦੇ ਕਈ ਹੋਰ ਐਗਜ਼ਾਮਪਲ ਨੇ। ਅੰਮ੍ਰਿਤਸਰ 'ਚ ਇੰਟਰਨੈਸ਼ਨਲ ਏਅਰਪੋਰਟ ਹੈ, ਬੜੇ ਸਾਲਾਂ ਦਾ ਹੈ। ਸਾਡੇ ਇੱਥੇ ਕਾਰਗੋ ਫੈਸਿਲਿਟੀ ਜਿਹੜੀ ਹੈ ਉਹ ਇਸ ਵੇਲੇ 20% ਯੂਜ਼ ਹੋ ਰਹੀ ਹੈ। ਉਹ ਕਿਉਂ ਹੋ ਰਹੀ ਹੈ ਉਹ ਵੀ ਤਾਂ ਸਵਾਲ ਪੁੱਛੋ। ਮੈਂ ਕਹਿੰਦਾ ਕਿ 100% ਯੂਜ਼ ਹੋਣੀ ਚਾਹੀਦੀ ਹੈ ਔਰ ਕਰਵਾਵਾਂਗੇ। ਅਗਰ ਕੋਵਿਡ ਦੇ ਦੌਰਾਨ ਫੈਡੈਕਸ ਤੋਂ ਮੈਂ 10 ਫਲਾਈਟਾਂ ਫ੍ਰੀ ਚਲਾ ਸਕਦਾ ਜਿਹਦੇ 'ਚ ਆਕਸੀਜਨ ਦੇ ਸਿਲੰਡਰ ਆਏ ਇੰਡੀਆ 'ਚ, ਤਾਂ ਇੱਥੋਂ ਕਿਉਂ ਨਹੀਂ ਚਲਾ ਸਕਦੇ? ਬਿਲਕੁਲ ਚਲਾ ਸਕਦੇ ਹਾਂ। ਆਪਣੀਆਂ ਅੰਮ੍ਰਿਤਸਰ ਦੀ ਪਾਪੜ ਵੜੀਆਂ, ਅੰਮ੍ਰਿਤਸਰ ਦੀ ਫੁਲਕਾਰੀ, ਅੰਮ੍ਰਿਤਸਰ ਦੀਆਂ ਓਸੀਅਮ ਸ਼ਾਲ ਅਤੇ ਮਫਲਰ, ਆਹ ਸਾਰੀਆਂ ਚੀਜ਼ਾਂ ਮੈਂ ਤਾਂ ਅੰਮ੍ਰਿਤਸਰੀ ਅਤੇ ਪੰਜਾਬੀ ਜੁੱਤੀ ਵੀ ਇਨਕਲੂਡ ਕਰਾਂਗਾ। ਅਗਰ ਇਹ ਅਸੀਂ ਵਾਲਮਾਰਟ ਪਹੁੰਚਾ ਦਈਏ, ਤੁਸੀਂ ਪੁੱਛਿਆ ਕੰਪਨੀਆਂ ਆ ਰਹੀਆਂ, ਵਾਲਮਾਰਟ ਵੀ ਆ ਰਹੀ ਹੈ। ਇਹੋ ਜਿਹੀਆਂ ਕੰਪਨੀਆਂ ਅਸੀਂ ਲਿਆਈਏ ਔਰ ਇਹੋ ਹੀ ਚੀਜ਼ਾਂ ਅਸੀਂ, ਮੈਂ ਤਾਂ ਇੱਕ ਮਾਰਕੀਟ ਦੀ ਗੱਲ ਕਰਦਾ ਅਮਰੀਕਾ ਦੀ, ਅਮਰੀਕਾ 'ਚ ਪਹੁੰਚਾ ਦਈਏ ਅਤੇ ਸਾਡੇ ਸਾਰਿਆਂ ਦੀਆਂ, ਸਾਡੇ ਹਾਊਸ ਹੋਲਡ ਦੀਆਂ ਇਨਕਮ ਵਧਣਗੀਆਂ ਕਿ ਨਹੀਂ? ਔਰ ਮੈਂ ਇਹ ਹਵਾਈ ਐਗਜ਼ਾਮਪਲ ਨਹੀਂ ਦਿੱਤੀ, ਹੀਰੋ ਸਾਈਕਲ ਨੇ ਸਾਨੂੰ 1.5 ਸਾਲ ਪਹਿਲਾਂ ਅਪਰੋਚ ਕੀਤਾ ਕਿ ਹੀਰੋ ਸਾਈਕਲ ਸਾਡੇ ਅਮਰੀਕਾ 'ਚ ਵਿਕਵਾ ਦਿਓ। ਅਸੀਂ ਉਹਨਾਂ ਦਾ ਟਾਈਅਪ ਵਾਲਮਾਰਟ ਨਾਲ ਕਰਵਾਇਆ। ਅੱਜ ਜਾ ਕੇ ਦੇਖ ਲਓ, ਹੀਰੋ ਸਾਈਕਲ ਵਾਲਮਾਰਟ 'ਚ ਵਿਕਦੇ ਨੇ ਔਰ ਆਪਣਾ ਪੰਜਾਬੀ ਭਾਈਚਾਰਾ ਉਹਨੂੰ ਟੁੱਟ ਕੇ ਲੈਂਦਾ। ਮੈਂ ਸਿਰਫ 1 ਮਿਲੀਅਨ ਪੰਜਾਬੀ ਭਾਈਚਾਰਾ ਨੂੰ ਕਹਿੰਦਾ ਟਾਰਗੇਟ ਕਰ ਲਓ, ਉਹਦੇ ਨਾਲ ਹੀ ਬੱਲੇ ਬੱਲੇ ਹੋ ਜਾਣੀ ਹੈ। ਅੰਮ੍ਰਿਤਸਰ ਦਾ ਬ੍ਰਾਂਡ, ਅੰਮ੍ਰਿਤਸਰ ਦੀ ਜੂਲਰੀ, ਅਗਰ ਆਪਾਂ ਉਸ ਬ੍ਰਾਂਡ ਥੱਲੇ ਚੀਜ਼ ਉੱਥੇ ਵੇਚਾਂਗੇ, ਓਸੀਐਮ ਦਾ ਮਫਲਰ ਟੁੱਟ ਕੇ ਲੋਕ ਲੈ ਲੈਣਗੇ। ਮੈਨੂੰ ਯਾਦ ਹੈ ਜਦੋਂ ਮੈਂ ਬੱਚਾ ਸੀ, ਮੇਰੇ ਫਾਦਰ ਸਾਹਿਬ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਆਲਵੇਜ਼ ਕਹਿੰਦੇ ਸੀ, ਯਾਰ ਓਸੀਐਮ ਦਾ ਕੋਟ ਨਹੀਂ। ਮੈਂ ਵੀ ਤੁਹਾਡੇ ਵਰਗਾ ਚੁਸਤ ਸੀਗਾ, ਮੈਂ ਕਿਹਾ ਯਾਰ ਦੂਜੇ ਕਿਉਂ ਨਹੀਂ, ਆਪਣੇ ਦਿਮਾਗ 'ਚ ਮੈਂ ਸੋਚਦਾ ਸੀ। ਉਹ ਕਹਿੰਦੇ ਕਿ ਓਸੀਐਮ ਦਾ ਕੋਟ ਨਾ ਕਦੀ ਖਰਾਬ ਨਹੀਂ ਹੁੰਦਾ। ਸੋ ਇਹ ਸਾਡੀ ਬਿਲੀਫ ਹੈ। ਮੈਂ ਤੁਹਾਨੂੰ ਤਦੇ ਐਗਜ਼ਾਮਪਲ ਦੇ ਰਿਹਾ, ਇਹ ਤਾਂ ਇੱਕ ਚੀਜ਼ ਹੋ ਗਈ। ਆਪਾਂ ਕੋਲ ਆ ਜਾਈਏ, ਆ ਦੁਬਈ, UAE, ਸਾਊਦੀ ਅਰੇਬੀਆ, ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਤੁਸੀਂ ਪੜ੍ਹਿਆ ਹੋਏਗਾ ਕਿ ਇੱਕ ਕੋਰੀਡੋਰ ਬਣਿਆ ਇੰਡੀਆ, ਮਿਡਲ ਈਸਟ, ਯੂਰਪ। ਜਦੋਂ ਮੋਦੀ ਸਾਹਿਬ ਪਿਛਲੇ ਮਹੀਨੇ UAE 'ਚ ਗਏ ਸੀਗੇ, ਉਹਨਾਂ ਨੇ UAE ਨਾਲ ਅਗਰੀਮੈਂਟ ਸਾਈਨ ਕੀਤਾ। ਸਾਡੀਆਂ ਚੀਜ਼ਾਂ UAE 'ਚ ਜਾ ਸਕਦੀਆਂ ਨੇ, ਪ੍ਰੈਫਰੈਂਸ਼ੀਅਲ ਟ੍ਰੀਟਮੈਂਟ ਹੈ ਆਪਣੀਆਂ। ਇਹੋ ਹੀ ਅੰਮ੍ਰਿਤਸਰ ਦੇ ਮਟਰ, ਇਹ ਮੈਂ ਉਹ ਸਬਜ਼ੀਆਂ ਕਹਿ ਰਿਹਾ ਜਿਹੜੀਆਂ ਅੰਮ੍ਰਿਤਸਰ 'ਚ ਗਰੋ ਹੁੰਦੀਆਂ ਨੇ। ਅੰਮ੍ਰਿਤਸਰ ਦੇ ਸ਼ਲਗਮ, ਅੰਮ੍ਰਿਤਸਰ ਦੀ ਮੂੜੀ, ਅੰਮ੍ਰਿਤਸਰ ਦੀ ਗੋਭੀ, ਕਈ ਸਬਜ਼ੀਆਂ ਨੇ। ਤੁਸੀਂ ਮਟਰ ਅੱਜ ਜਾ ਕੇ ਘਰ 'ਚ ਚੈੱਕ ਕਰਿਓ, ਅੰਮ੍ਰਿਤਸਰ 'ਚ ਉਹਦੀ ਪ੍ਰਾਈਜ਼ ਆ 35 ਰੁਪਈਏ, ਦੁਬਈ 'ਚ ਹੈ 350 ਰੁਪਈਏ ਅਤੇ ਲੰਡਨ 'ਚ ਹੈ 1300 ਰੁਪਈਏ। ਫਰਕ ਹੈਗਾ ਕਿ ਨਹੀਂ? ਮੈਂ ਹਵਾਈ ਗੱਲ ਕੀਤੀ,
ਅਗਰ ਇਹ ਨਹੀਂ ਹੋਇਆ ਤਾਂ ਪੁੱਛੋ ਨਾ। ਮੈਂ ਤਾਂ ਹੁਣ ਜੁਆਇਨ ਕੀਤਾ ਤੇ ਮੈਂ ਕਹਿ ਰਿਹਾ ਕਿ ਇਹ ਕਰਵਾਵਾਂਗੇ। ਪਰ ਜਿਹੜੀਆਂ ਪੰਜਾਬ ਦੀਆਂ ਬਸਤਾਂ ਜਿਹੜੀਆਂ ਅੰਮ੍ਰਿਤਸਰ ਦੀਆਂ ਬਸਤਾਂ ਨੇ UAE ਰਾਹੀਂ ਪਾਕਿਸਤਾਨ ਪਹੁੰਚਦੀਆਂ ਨੇ 35 ਕਿਲੋਮੀਟਰ ਪੈਂਦਾ, ਆਪਾਂ ਅੱਜ ਤੱਕ ਨਹੀਂ ਪਹੁੰਚਾ ਸਕੇ। 10 ਸਾਲ BJP ਦੀ ਸਰਕਾਰ ਰਹੀ ਆ, ਬਾਰਡਰ ਬੰਦ ਹੈ, ਕਾਰੋਬਾਰ ਬੰਦ ਹੈ, ਕੁੱਲੀ ਜਿਹੜੇ ਨੇ ਭੁੱਖੇ ਮਰ ਰਹੇ ਨੇ, ਆਪਾਂ ਕਿਉਂ ਨਹੀਂ ਬੋਲਦੇ ਜੀ ਉੱਥੇ? ਮੈਨੂੰ ਤਾਂ ਤੁਸੀਂ ਅੱਜ ਹੀ ਪੁੱਛਿਆ, ਸੁਣ ਲਓ ਗੱਲ ਵੀ ਸੁਣ ਲਿਆ ਕਰੋ, ਦੂਜੇ ਦੀ ਵੀ ਸੁਣ ਲਿਆ ਕਰੋ। ਤੁਸੀਂ ਮੈਨੂੰ ਇੱਕ ਕਹਿ ਰਹੇ, ਮੈਂ ਤੁਹਾਨੂੰ 3 ਆਲਟਰਨੇਟਿਵ ਦੱਸਦਾ ਹਾਂ। ਪਹਿਲੀ, ਮੈਂ ਤੁਹਾਨੂੰ ਕਾਰਗੋ ਦੀ ਵੀ ਇੱਥੇ ਪੁੱਛਿਆ, ਤੁਸੀਂ ਉਹ ਸਵਾਲ ਪੁੱਛਿਆ, ਮੈਂ ਤੁਹਾਨੂੰ ਆਹ ਕੀਮਤ ਦੱਸੀ ਆ ਫਰਕ। ਇੱਕ ਮਿੰਟ ਮੇਰੀ ਗੱਲ ਸੁਣੋ ਭਾਅ ਜੀ, ਪਲੀਜ਼ ਸੁਣੋ। ਆਪਾਂ ਪ੍ਰਾਈਜ਼ ਆਹ ਜਿਹੜੀ ਚੀਜ਼ਾਂ ਦੀ ਪਾਕਿਸਤਾਨ 'ਚ ਜ਼ਿਆਦਾ ਆ, ਦੁਬਈ 'ਚ ਪੈਸਾ ਆ, ਸਾਊਦੀ ਅਰੇਬੀਆ 'ਚ ਪੈਸਾ ਆ ਕਿ ਯੂਰਪ 'ਚ, ਤੁਸੀਂ ਇਹ ਕੰਪੇਅਰ ਕਰ ਲਓ। ਮੈਂ ਜਿਹੜੀ ਤੁਹਾਨੂੰ ਪ੍ਰਾਈਜ਼ ਦੱਸੀ ਆ, ਪਹਿਲੀ ਚੀਜ਼ ਜਿਹੜਾ ਇੱਥੇ ਏਅਰ ਕਾਰਗੋ ਆ, ਅਗਰ ਲੂਲੂ ਕੰਪਨੀ ਜਾਣਦੇ ਹੋ ਨਾ, ਲੂਲੂ ਕੰਪਨੀ ਨੂੰ UAE ਦੀ ਆ, ਉਹ ਮੋਹਾਲੀ 'ਚ ਬੈਠੀ ਹੈ ਫੈਕਟਰੀ ਲਾ ਕੇ, ਆਪਾਂ ਉਹਨੂੰ ਨਹੀਂ ਟੈਪ ਕਰ ਸਕਦੇ ਤਾਂ ਗਾਂਹ ਨਹੀਂ ਆਪਾਂ ਕਿੱਥੋਂ ਗੱਲ ਕਰਦੇ ਹਾਂ। ਇੱਕ ਚੀਜ਼ ਉਹ, ਨੰਬਰ 2 ਤੁਸੀਂ ਕਿਹਾ ਕਿ ਟ੍ਰਾਂਜ਼ਿਟ ਥਰੂ ਪਾਕਿਸਤਾਨ ਬਿਲਕੁਲ ਹੋਣਾ ਚਾਹੀਦਾ, ਆਪਾਂ ਬਿਲਕੁਲ ਸਪੋਰਟ ਕਰਾਂਗੇ, ਲੇਕਿਨ ਉਹ ਇੱਕ ਸਾਧਨ ਹੈ। ਮੈਂ ਤੁਹਾਨੂੰ 3 ਸਾਧਨ ਦੱਸਦਾ ਕਿ ਕੱਲ੍ਹ ਇੱਕ ਬੰਦ ਹੋਵੇ ਤਾਂ ਦੂਜੇ 2 ਚੱਲਣ। ਤੀਜਾ ਸਾਧਨ ਆਪਣਾ ਰੇਲ ਲਿੰਕ ਜਿਹੜਾ ਆ, ਅਗਰ ਪੱਟੀ ਤੁਹਾਨੂੰ ਪਤਾ 35 ਕਿਲੋਮੀਟਰ ਦਾ ਫਰਕ ਰਹਿ ਗਿਆ ਸਿਰਫ, ਉਹਦੇ ਲਈ ਆਪਾਂ ਜ਼ੋਰ ਲਗਾਈਏ। ਮੈਂ ਵੈਸ਼ਨਵ ਸਾਹਿਬ ਨਾਲ ਗੱਲ ਕੀਤੀ ਆ, ਮੈਂ ਉਹਨਾਂ ਨੂੰ ਬੜੇ ਸਾਲਾਂ ਦਾ ਜਾਣਦਾ ਹਾਂ, ਉਹ ਅਸੀਂ ਲਿੰਕ ਚਲਾਵਾਂਗੇ। ਉਹਨਾਂ 300 ਕਿਲੋਮੀਟਰ ਜਿਹੜਾ ਰੇਲਵੇ ਦਾ ਲਿੰਕ ਆ ਉਹ ਕਵਰ ਹੋ ਜਾਏਗਾ, ਅਤੇ ਮੈਂ ਜਿਹੜਾ ਤੁਹਾਨੂੰ ਕੋਰੀਡੋਰ ਦੱਸਿਆ ਆ ਜਿਹਦੇ 'ਚ ਕਾਫੀ ਇੰਟਰਨੈਸ਼ਨਲ ਅਸਿਸਟੈਂਸ ਆ ਰਹੀ ਹੈ, ਕਿਹੜੀਆਂ ਕੰਟਰੀਜ਼ ਅਸਿਸਟ ਕਰ ਰਹੀਆਂ ਤੁਸੀਂ ਦੇਖ ਲਓ। ਅਗਰ ਇਹ ਕੋਰੀਡੋਰ ਚੱਲ ਜਾਏ ਤਾਂ ਅੰਮ੍ਰਿਤਸਰ ਦੀ ਪੱਥਰਨਾਕ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, 2 ਮਹੀਨੇ ਖਰਾਬ ਨਹੀਂ ਹੁੰਦੀ, ਗ੍ਰੀਨ ਫਰੂਟ ਆ ਕਿਉਂਕਿ ਉਹਦੇ 'ਚ ਆਪਾਂ ਕੈਮੀਕਲਸ ਨਹੀਂ ਪਾਉਂਦੇ, ਲਾਸਟ 2 ਮੰਥਸ ਕੋਈ ਕੈਮੀਕਲਸ ਨਹੀਂ ਪਾਉਂਦੇ, ਉਹ ਆਪਾਂ ਪਹੁੰਚਾ ਦਈਏ ਦੁਬਈ, UAE, ਸਾਊਦੀ ਅਰੇਬੀਆ 'ਚ, ਤਾਂ ਸਾਡੇ ਫਾਰਮਰਸ ਦਾ ਕਿੰਨਾ ਗੁਣਾ, ਕਮ ਸੇ ਕਮ 10 ਗੁਣਾ ਜ਼ਿਆਦਾ ਉਹਨਾਂ ਦੀ ਆਮਦਨੀ ਹੋਏਗੀ। ਸਾਡੀ ਰਿਸਪੋਂਸੀਬਿਲਟੀ ਆ ਜਿਹੜੇ ਅਸੀਂ ਪੜ੍ਹੇ ਲਿਖੇ ਹਾਂ ਕਿ ਅਸੀਂ ਫਾਰਮਰ ਨੂੰ ਦੱਸੀਏ ਕਿ ਭਾਈ ਤੇਰੀ ਆਮਦਨ 10 ਤੋਂ 15 ਗੁਣਾ ਵੱਧ ਸਕਦੀ ਆ। ਆਹ ਸਾਰੇ ਵੈਜੀਟੇਬਲਸ ਅੱਜ ਘਰ ਜਾ ਕੇ ਦੇਖਿਓ, ਅਗਰ ਮੈਂ ਗਲਤ ਹੋਇਆ ਤਾਂ ਮੈਨੂੰ ਤੁਸੀਂ ਕਰੈਕਟ ਕਰੋ। ਮੈਂ ਤੁਹਾਨੂੰ 3 ਚੀਜ਼ਾਂ ਦੱਸੀਆਂ ਕਿ ਆਪਾਂ ਏਅਰ ਕਾਰਗੋ, ਆਪਾਂ ਜਿਹੜਾ ਪਾਕਿਸਤਾਨ ਦੇ ਥਰੂ ਟ੍ਰਾਂਜ਼ਿਟ ਆ, ਅਤੇ ਆਪਾਂ ਰੇਲਵੇ ਲਿੰਕ, ਆ 3 ਕਰਵਾਵਾਂਗੇ। 3 ਰੁਪਏ ਕਿਲੋ ਗੋਭੀ ਵਿਕ ਜਾਂਦੀ ਆ ਬੱਲਾ ਮੰਡੀ, 30 ਰੁਪਏ ਕਿਲੋ ਇਹਦੇ ਵੀ ਮੈਂ ਤੁਹਾਨੂੰ 3 ਜਵਾਬ ਦੇਣਾ। ਜਾਂ ਇੰਡਸਟਰੀ, ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਲੁੱਲੂ ਦੀ, ਕੰਪਨੀ ਬੈਠੀ ਹੈ ਇੱਥੋਂ ਖਰੀਦ ਕੇ ਲੈ ਜਾਏ, ਆਪਾਂ ਕਹੀਏ ਨਾ ਉਹਨੂੰ, ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਆ, ਇਹਨਾਂ ਨੇ ਕਿਹਾ 25 ਅਮੈਰੀਕਨ ਕੰਪਨੀਆਂ ਆ ਰਹੀਆਂ, ਬਿਲਕੁਲ ਆ ਰਹੀਆਂ ਨੇ। ਮੈਂ ਤੁਹਾਨੂੰ ਜੁੱਤੀਆਂ ਦਾ, ਬਾਕੀਆਂ ਦਾ ਵੀ ਐਗਜ਼ਾਮਪਲ ਦਿੱਤਾ, ਅਗਰ ਆਪਾਂ ਇੰਡਸਟਰੀ ਤੋਂ ਸਿੱਧਾ ਨਹੀਂ ਲੈਣਾ ਤਾਂ ਕੋਆਪਰੇਟਿਵ ਬਣਾ ਲਈਏ। ਵੇਰਕਾ ਦਾ ਕੋਆਪਰੇਟਿਵ ਤਾਂ ਚੱਲਦਾ ਹੈ, ਵੇਰਕਾ ਦੀ ਵੀ ਲੱਸੀ, ਵੇਰਕਾ ਦਾ ਵੀ ਦੁੱਧ, ਥੋੜ੍ਹੀ ਵੈਲਿਊ ਐਡ ਕਰ ਦਈਏ,
ਤੇ ਆਪਾਂ ਬਾਹਰ ਭੇਜ ਸਕਦੇ ਹਾਂ। ਮੈਂ ਤਾਂ ਤੁਹਾਨੂੰ ਜਾਂ ਆਪਾਂ ਇੰਡਸਟਰੀ ਨੂੰ ਜਾਂ ਆਪਾਂ ਕੋਆਪਰੇਟਿਵ ਨੂੰ ਜਾਂ ਯੂਨੀਅਨ ਫਾਰਮਰ ਦੀ ਇਨਕਮ ਵਧਾਉਣ, ਰਿਸਪੋਂਸੀਬਿਲਿਟੀ ਹੈ ਫਾਰਮਰ ਦੀ ਇਨਕਮ ਵਧੇ। ਅਤੇ ਜਾਂ ਜਿੰਨੇ ਤੁਸੀਂ ਬੁੱਧਜੀਵੀ ਇੱਥੇ ਬੈਠੇ ਹੋ, ਸਲਿਊਸ਼ਨ ਕੱਢੋ ਨਾ। ਦਿਨ ਤਾਂ ਮੈਂ ਤੁਹਾਨੂੰ ਕੱਢ ਦਿੱਤੀ, ਕਿਸਾਨ ਐਮਐਸਪੀ ਮੰਗਦੇ ਨੇ, ਆਪਾਂ ਸਰਕਾਰ ਨਹੀਂ ਦੇ ਰਹੀ। ਖੇਤੀ ਦਾ ਕੋਈ ਭਲਾ ਨਹੀਂ ਹੋ ਸਕਦਾ ਜੀ, ਕੋਆਪਰੇਟਿਵ ਸੁਸਾਇਟੀ ਜਿਨ੍ਹਾਂ 'ਚ ਨਹੀਂ ਫੋਰਮ ਹੁੰਦੀਆਂ ਉਹਨਾਂ 'ਚ ਖੇਤੀ ਦਾ ਕੋਈ ਭਲਾ ਨਹੀਂ ਹੋ ਸਕਦਾ। ਚਾਹੇ ਆਪਾਂ ਮਟਰ ਦੀ ਗੱਲ ਕਰ ਲਈਏ, ਚਾਹੇ ਗੋਭੀ ਦੀ ਕਰ ਲਈਏ, ਚਾਹੇ ਔਰਗੈਨਿਕ ਖੇਤੀ ਦੀ ਗੱਲ ਕਰ ਲਈਏ, ਜਿਨ੍ਹਾਂ 'ਚ ਕੋਆਪਰੇਟਿਵ ਸੁਸਾਇਟੀ ਨਹੀਂ ਫੋਰਮ ਹੁੰਦੀਆਂ ਉਹਨਾਂ 'ਚ ਖੇਤੀ ਦੇ ਵਿੱਚੋਂ ਕਮਾਈ ਨਹੀਂ ਕਰ ਸਕਦਾ ਕਿਸਾਨ। ਸੋ ਇਹ ਮੈਨੂੰ ਦੱਸੋ ਕਿ ਮਾਨਾ ਵਾਲੇ ਇੱਕ ਪ੍ਰੋਗਰੈਸਿਵ ਫਾਰਮਰ ਹੈ, ਉਹ ਰਾਜਮਾਂਹ ਗਰੋ ਕਰਦਾ ਹੈ ਅਤੇ ਰਾਜਮਾਂਹ ਸੈੱਲ ਵੀ ਕਰਦਾ ਹੈ। ਇੱਥੇ ਆਪਣਾ ਇੱਕ ਮਿਲਕ ਫਾਰਮਰ ਹੈ, ਉਹਨੇ 3 ਗਾਵਾਂ ਤੋਂ ਸ਼ੁਰੂ ਕੀਤਾ ਸੀ, ਅੱਜ ਉਹਦੇ ਕੋਲ 1500 ਗਾਂ ਹੈ। ਅਗਰ ਉਹਦੀ ਅਸੀਂ ਵੈਲਿਊ ਐਡੀਸ਼ਨ ਕਰਵਾ ਦਈਏ ਤਾਂ ਇਹ ਸਾਰੀਆਂ ਚੀਜ਼ਾਂ ਕਿੱਥੇ ਤੋਂ ਕਿੱਥੇ ਪਹੁੰਚ ਸਕਦੀਆਂ। ਅਗਰ ਤੁਹਾਡੀ ਗੱਲ ਸਹੀ ਹੈ, ਮੈਂ ਤੁਹਾਨੂੰ ਦੁਬਾਰਾ ਕਿਹਾ, ਜਾਂ ਇੰਡਸਟਰੀ ਆ ਕੇ ਚੁੱਕੇ ਉਹਦੀ ਪਰਮਿਸ਼ਨ ਦਿਓ, ਜਦੋਂ ਇੰਡਸਟਰੀ ਆਵੇ ਤਾਂ ਤੁਸੀਂ ਉੱਥੇ ਛਾਪ ਲਾ ਦਿਓ। ਅਗਰ ਕੋਆਪਰੇਟਿਵ ਆਵੇ ਤਾਂ ਸਾਡੇ ਸਾਰਿਆਂ ਦੀ ਰਿਸਪੋਂਸੀਬਿਲਟੀ ਆ। ਫਾਰਮਰ ਨੂੰ ਤੁਸੀਂ ਜਰਨਲਿਸਟ ਹੋ, ਜਾ ਕੇ ਸਮਝਾਓ ਕਿ ਯਾਰ ਵੇਰਕਾ ਦੀ ਕੋਆਪਰੇਟਿਵ ਚੱਲ ਰਹੀ ਹੈ, ਗੁਜਰਾਤ 'ਚ ਕੋਆਪਰੇਟਿਵ ਚੱਲ ਰਹੀ ਆ। ਤੀਜਾ ਮੈਂ ਤੁਹਾਨੂੰ ਕਿਹਾ, ਅਗਰ ਇਹ ਨਹੀਂ ਕਰਦੇ ਤਾਂ ਯੂਨੀਅਨ ਵਾਲਿਆਂ ਨੂੰ ਕਹੋ ਕਿ ਭਾਈ ਤੁਸੀਂ ਇਕੱਠੇ ਹੋ ਕੇ ਕੋਆਪਰੇਟਿਵ ਬਣਾਓ, ਇਹਨੂੰ ਵਿਖਾਓ ਬਾਹਰ। ਦੇਖੋ ਓਪਰਚੁਨਿਟੀ ਹੈਗੀ ਆ, ਆਪਾਂ ਮੈਂ ਪਿੱਛੇ ਵੱਲ ਨਹੀਂ ਦੇਖਣਾ, ਮੈਂ ਤਾਂ ਗਾਂ ਵੱਲ ਦੇਖਣਾ। ਮੈਂ ਤਾਂ ਤੁਹਾਨੂੰ ਪੋਜ਼ੀਟਿਵ ਐਕਸਪੀਰੀਅੰਸ ਜਿਹੜਾ ਮੈਂ ਦੇਖਿਆ ਉਹ ਸ਼ੇਅਰ ਕਰ ਸਕਦਾ ਹਾਂ। ਅੱਗੇ ਤੁਹਾਡੇ 'ਤੇ ਹੈ, ਅਲਟੀਮੇਟਲੀ ਤਾਂ ਲੋਕਾਂ 'ਤੇ, ਆਪਾਂ ਤਾਂ ਸ਼ੇਅਰ ਕਰ ਸਕਦੇ ਹਾਂ ਔਰ ਕਰਾਂਗੇ। ਕਿਸਾਨਾਂ ਦਾ ਬੜਾ ਰੋਸ ਹੈ ਕੇਂਦਰ ਦੇ ਖਿਲਾਫ, ਤੁਸੀਂ ਚੋਣ ਪ੍ਰਚਾਰ ਜਾਓਗੇ, ਉਹਨਾਂ ਨੂੰ ਕਿਵੇਂ ਸੈਟੀਸਫਾਈ ਕਰੋਗੇ, ਨਾਲ ਲੈ ਕੇ ਚੱਲੋਗੇ, ਉਹਨਾਂ ਦੀਆਂ ਮੰਗਾਂ ਬਾਰੇ ਤੁਸੀਂ ਕੀ ਵਿਚਾਰ ਹੈ? ਦੇਖੋ ਮੈਂ ਤਾਂ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਕੀਤੀ ਹੈ, ਅਗਰ ਮੇਰੀ ਗੱਲ ਗਲਤ ਹੈ ਉਹਦੇ 'ਚ ਤੁਸੀਂ ਕਰੈਕਸ਼ਨ ਕਰ ਦਿਓ। ਮੈਂ ਤਾਂ ਲੈ ਕੇ ਜਾਵਾਂਗਾ, ਪੋਲੀਟਿਕਸ ਅਤੇ ਪੋਲੀਟਿਕਸ ਹੁੰਦੀ ਹੈ, ਲੇਕਿਨ ਸਾਫ ਸੁਥਰੇ ਐਕਸਪੀਰੀਅੰਸ ਵਾਲੇ ਬੰਦੇ ਪੋਲੀਟਿਕਸ 'ਚ ਆਉਣ ਅਤੇ ਕਮ ਸੇ ਕਮ ਉਹਨਾਂ ਨੂੰ ਵੈਲਕਮ ਤਾਂ ਕਰੋ, ਉਹਨਾਂ ਨੂੰ ਡਰਾ ਕੇ ਤਾਂ ਭਜਾਓ ਨਾ। ਮੈਂ ਤਾਂ ਇਹੋ ਹੀ ਕਹਾਂਗਾ ਕਿ ਦੇਖੋ ਅਗਰ ਮੇਰੇ ਗੱਲ 'ਚ ਦਮ ਹੈ, ਜਦੋਂ ਮੈਂ ਅਮਰੀਕਾ 'ਚ ਗਿਆ ਸੀ 4 ਸਾਲ ਪਹਿਲਾਂ, ਜਦੋਂ ਮੈਂ ਅੰਬੈਸਡਰ ਬਣਿਆ, ਕਈਆਂ ਨੇ ਮੈਨੂੰ ਕਿਹਾ ਕਈ ਆਏ ਕਈ ਗਏ। ਮੈਂ ਤੁਹਾਨੂੰ ਅੱਜ ਕਹਿ ਰਿਹਾ ਕਿ ਰਿਲੇਸ਼ਨਸ਼ਿਪ ਇੱਕ ਪਾਰਟਨਰਸ਼ਿਪ 'ਚ ਬਦਲ ਗਿਆ। ਆ ਜਿੰਨੀਆਂ ਕਮਰਸ਼ਲ ਚੀਜ਼ਾਂ ਤੁਹਾਨੂੰ ਇਨਵੈਸਟਮੈਂਟ ਕਹੀਆਂ ਉਹ ਹੋ ਰਹੀਆਂ ਨੇ, ਉਹ ਇਸ ਵੇਲੇ ਰੁਕੀਆਂ ਨਹੀਂ ਨੇ। ਸੋ ਇਸ ਕਰਕੇ ਮੈਨੂੰ ਕੌਨਫੀਡੈਂਸ ਹੈ। ਭਾਜੀ ਆਪਾਂ ਸੁਪਨੇ ਤਾਂ ਦਿਖਾਏ ਨਹੀਂ, ਮੈਂ ਤਾਂ ਤੁਹਾਨੂੰ ਕਹਿ ਰਿਹਾ ਜਿਹੜੀਆਂ ਚੀਜ਼ਾਂ ਆਲਰੇਡੀ ਐਗਜ਼ਿਸਟ ਕਰ ਰਹੀਆਂ। ਮੈਂ ਤਾਂ ਗਾਂ ਦੇ ਹਾਲੇ ਸੁਪਨਿਆਂ ਤੱਕ ਤਾਂ ਆਪਾਂ ਪਹੁੰਚੇ ਨਹੀਂ। ਇੱਥੇ ਅਗਰ ਗਾਂਧੀ ਗਰਾਊਂਡ, ਅਗਰ ਗਾਂਧੀ ਗਰਾਊਂਡ 'ਚ ਮਦਨ ਲਾਲ ਆਪਣਾ ਬੇਦੀ ਖੇਡ ਸਕਦੇ ਆ, ਆਪਣੇ ਗੁਰੂ ਨਾਨਕ ਸਟੇਡੀਅਮ 'ਚ ਅਜੀਤਪਾਲ ਸਿੰਘ, ਬਲਦੇਵ ਸਿੰਘ, ਆ ਭਾਜੀ ਹੁਣਾਂ ਨੇ ਸ਼ਾਇਦ ਦੇਖੇ, ਮੈਂ ਤਾਂ ਦੇਖੇ ਸੀ ਜਦੋਂ ਬੱਚੇ ਸੀਗੇ, ਅਜੀ ਸੁਰਜੀਤ ਸਿੰਘ ਖੇਡ ਸਕਦੇ ਆ। ਅਤੇ ਆਪਾਂ 2027 'ਚ ਜਦੋਂ ਅੰਮ੍ਰਿਤਸਰ ਦੇ 450 ਸਾਲ ਹੋਣੇ ਨੇ, ਜਾ ਕੇ ਚੈੱਕ ਕਰ ਲਏ, ਉਦੋਂ ਤੱਕ IPL ਗਾਂਧੀ ਗਰਾਊਂਡ 'ਚ ਲੈ ਕੇ ਆਉਣਾ, ਬਿਲਕੁਲ, ਕਿਉਂ ਨਾ ਆਊ। ਆਪਾਂ ਸਾਰੇ ਇਕੱਠੇ ਹੋ ਕੇ ਮੋਦੀ ਸਾਹਿਬ ਨੂੰ ਮੈਂ ਰਿਕੁਐਸਟ ਕਰਕੇ ਇੱਕ ਸਪੈਸ਼ਲ ਪੈਕੇਜ
ਅੰਮ੍ਰਿਤਸਰ ਲਈ ਲੈ ਕੇ ਆਉਣਾ। ਤੁਹਾਡੀ ਗੱਲ ਠੀਕ ਹੈ ਸਮੁੰਦਰੀ ਸਾਹਿਬ, 2014 ਦੀ ਇਲੈਕਸ਼ਨ 'ਚ ਆਪਾਂ ਵੇਖੀਏ ਤਾਂ ਅਰੁਣ ਜੇਤਲੀ ਜੀ ਆਏ ਸੀ, 2019 ਦੀ ਇਲੈਕਸ਼ਨ 'ਚ ਵੇਖੀਏ ਤਾਂ ਹਰਦੀਪ ਪੁਰੀ ਜੀ ਆਏ ਸੀ, ਕੇਂਦਰੀ ਮੰਤਰੀ ਸਰ, ਸਾਨੂੰ ਸਾਰੇ ਅੰਮ੍ਰਿਤਸਰੀਆਂ ਨੂੰ ਪਤਾ ਸੀ ਕਿ ਕੇਂਦਰੀ ਮੰਤਰੀ ਨੇ ਸਾਡੇ ਕੋਲ, ਠੀਕ ਹੈ ਨਾ ਜੀ, ਉਹਨਾਂ ਨੂੰ ਅੰਮ੍ਰਿਤਸਰੀਆਂ ਨੇ ਲੱਖਾਂ ਦੀ ਵੋਟ ਤੋਂ ਹਰਾ ਦਿੱਤਾ। ਉਦੋਂ ਅਕਾਲੀ ਦਲ ਦੀ ਜਿਹੜੇ ਗੱਠਜੋੜ ਸੀ, ਇੱਕ ਅਕਾਲੀ ਦਲ ਦਾ ਵੋਟ ਬੈਂਕ ਸੀ, ਉਹ ਬੀਜੇਪੀ ਦੇ ਨਾਲ ਜੁੜਦਾ ਸੀ, ਆਪਾਂ ਇਹ ਫਰਕ ਨੂੰ ਕਿੱਦਾਂ ਦੂਰ ਕਰਾਂਗੇ? ਦੇਖੋ ਇਸ ਤਰ੍ਹਾਂ ਆ, ਮੈਂ ਤਾਂ ਪਹਿਲੀ ਗੱਲ ਆ, ਮੇਰੀ ਬੋਲੀ ਜਿਹੜੀ ਆ ਉਹ ਮਜਾਲ ਹੈਗੀ ਕਿ ਨਹੀਂ? ਅਤੇ ਮੈਂ ਤੁਹਾਡੇ ਥਰੂ ਦੇਖੋ ਅਲਟੀਮੇਟਲੀ ਤਾਂ ਯਾਰ ਲੋਕਾਂ ਦਾ ਰਾਈਟ ਆ ਡਿਸਾਈਡ ਕਰਨਾ ਕਿਹਨੂੰ ਇਲੈਕਟ ਕਰਨਾ, ਲੇਕਿਨ ਸਾਡੇ ਸਾਰਿਆਂ ਦੀ ਰਿਸਪੋਂਸੀਬਿਲਟੀ ਹੈ ਕਿ ਅਗਰ ਚੰਗੇ ਆਈਡੀਆਜ਼ ਨੇ, ਪ੍ਰੈਕਟੀਕਲ ਆਈਡੀਆਜ਼ ਨੇ, ਅਤੇ ਲੋਕਾਂ ਤੱਕ ਪਹੁੰਚਾਉਣਾ, ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਮੇਰੇ ਆਈਡੀਆਜ਼ ਲੋਕਾਂ ਤੱਕ ਪਹੁੰਚਣ ਔਰ ਪ੍ਰੈਕਟੀਕਲ ਨੇ। ਵੱਡੇ ਤਾਂ ਬਿਲਕੁਲ ਹੈਗੇ ਆ, ਮੈਂ ਤੁਹਾਨੂੰ ਕਹਿੰਦਾ ਕਿ ਇੱਥੇ ਇੰਟਰਨੈਸ਼ਨਲ ਸਟੇਡੀਅਮ ਹੋਣਾ ਚਾਹੀਦਾ, ਬਣਾਉਣਾ ਚਾਹੀਦਾ, ਇੱਥੋਂ ਦੀਆਂ ਇੰਸਟੀਟਿਊਸ਼ਨਸ ਕਿਉਂ ਨਹੀਂ ਚੱਲੀਆਂ, ਚੱਲਣੀਆਂ ਚਾਹੀਦੀਆਂ ਨੇ ਔਰ ਬਿਲਕੁਲ। ਹਾਂਜੀ, ਬਦਕਿਸਮਤੀ ਕਮ ਸੇ ਕਮ ਮੈਂ ਤਾਂ ਗਾਂ ਦੀ ਗੱਲ ਕਰਦਾ, ਅਗਰ ਬਦਕਿਸਮਤੀ ਰਹੀ ਆ ਤੇ ਆਪਾਂ 5 ਸਾਲ ਬਾਅਦ, ਬਈ ਤੁਸੀਂ ਬਾਕੀਆਂ ਨੂੰ ਵੀ ਚਾਂਸ ਦਿੱਤਾ ਨਾ ਤੇ ਮੈਨੂੰ ਵੀ ਹਲਕਾ ਦੇ ਕੇ ਦੇਖ ਲਓ, ਨਹੀਂ ਤਾਂ 5 ਸਾਲ ਬਾਅਦ ਹਟਾ ਦਿਓ। ਤੁਹਾਡੇ ਵਿਰੋਧੀ ਜਿਹੜੇ ਸਿਆਸੀ ਵਿਰੋਧੀ ਹੈ, ਤੁਹਾਨੂੰ ਪੈਰਾਸ਼ੂਟ ਉਮੀਦਵਾਰ ਕਹਿ ਰਹੇ ਆ। ਭਾਜੀ ਇਸ ਤਰ੍ਹਾਂ ਮੈਂ ਤਾਂ ਤੁਹਾਨੂੰ ਕਿਹਾ, ਜਿਸ ਤਰ੍ਹਾਂ ਸਾਡਾ ਫੌਜੀ ਪੈਰਾਸ਼ੂਟ ਕਰਕੇ ਵਾਪਸ ਆਉਂਦਾ ਸਰਵਿਸ ਤੋਂ, ਤੇ ਮੈਂ ਵੀ ਪੈਰਾਸ਼ੂਟ ਕਰਕੇ ਆਇਆ, ਉਹ ਤਾਂ ਇੱਥੇ ਬੈਠੇ ਸੀ। ਅੰਮ੍ਰਿਤਸਰ ਦੀ ਹਾਲਤ ਕੀ ਆ, ਉਹਨਾਂ ਨੂੰ ਇਹ ਤਾਂ ਪੁੱਛੋ ਕਿ ਯਾਰ ਪੈਰਾਸ਼ੂਟ ਕਰਕੇ ਬੰਦਾ, ਤੁਸੀਂ ਕਹਿੰਦੇ ਪੈਰਾਸ਼ੂਟ ਹੈ, ਮੈਂ ਚਲੋ ਨਹੀਂ ਮੇਰੀ ਗੱਲ ਸੁਣੋ, ਪੈਰਾਸ਼ੂਟ ਕਰਕੇ ਆਇਆ ਤਾਂ ਕਮ ਸੇ ਕਮ ਆਈਡੀਆਜ਼ ਤਾਂ ਦੇ ਰਿਹਾ। ਤੁਸੀਂ ਇੰਨਾ ਚਿਰ ਦੇ ਇੱਥੇ ਬੈਠੇ ਹੋ ਤੇ ਟਾਈਮ ਹੋ ਗਿਆ, ਤੁਸੀਂ ਪੈਰਾਸ਼ੂਟ ਲੈ ਕੇ ਬਾਹਰ ਨਿਕਲੋ, ਕਿਤੇ ਹੋਰ ਨੂੰ ਮੌਕਾ ਤਾਂ ਦਿਓ। 2014-2019 ਦੇਖੋ ਉਹ ਤਾਂ ਅਲਟੀਮੇਟਲੀ ਲੋਕਾਂ ਨੇ ਡਿਸਾਈਡ ਕਰਨਾ, ਲੇਕਿਨ ਜਿਹੜੇ ਆਈਡੀਆਜ਼ ਨੇ ਔਰ ਜਿਹੜੇ ਪ੍ਰੈਕਟੀਕਲ ਆਈਡੀਆਜ਼ ਨੇ ਜਿਹਦੇ ਨਾਲ ਆਪਣੇ ਸਾਰੇ ਭਰਾਵਾਂ ਅਤੇ ਭੈਣਾਂ ਦੀ, ਦੇਖੋ ਇੱਕ ਤੁਹਾਡੀ ਸਾਰਿਆਂ ਦੀ ਬਹੁਤ ਵੱਡੀ ਰਿਸਪੋਂਸੀਬਿਲਟੀ ਹੈ, ਮੇਰੀ ਵੀ ਹੈ। ਤੁਹਾਨੂੰ ਪਤਾ ਆ ਕਿ ਸਭ ਤੋਂ ਜ਼ਿਆਦਾ ਡਿਸਟਰੈਸ ਸਾਡੀ ਪੇਂਡੂ ਮਾਵਾਂ ਦਾ ਆ, ਕਿਉਂਕਿ ਇੱਕ ਤਾਂ ਡਰੱਗਸ ਦਾ, ਦੂਜਾ ਬੱਚੇ ਉਹਨਾਂ ਦੇ 30-30 ਲੱਖ ਵੇਸਟ ਕਰਕੇ ਬਾਹਰ ਭੱਜੇ ਜਾ ਰਹੇ ਨੇ ਔਰ ਕੋਈ ਸਕਿੱਲ ਲੈ ਕੇ ਨਹੀਂ ਜਾਂਦੇ, ਡਿਗਰੀਆਂ ਜਿਹੜੀਆਂ ਰੈਕੋਗਨਾਈਜ਼ ਨਹੀਂ ਹੁੰਦੀਆਂ, ਕਈ ਇਸ ਵੇਲੇ ਮੈਕਸੀਕੋ ਦੇ ਥਰੂ ਇਲੀਗਲ ਜਾ ਰਹੇ ਨੇ ਔਰ ਮੈਨੂੰ ਤਾਂ ਅਮਰੀਕਨ ਪੋਲੀਟਿਕਸ ਦਾ ਪਤਾ ਆ। ਇਸ ਸਾਲ ਅਮਰੀਕਾ 'ਚ ਵੀ ਇਲੈਕਸ਼ਨ ਹੈ, ਤੁਸੀਂ ਬਾਈਡਨ ਸਾਹਿਬ ਦੀਆਂ ਵੀ ਸਟੇਟਮੈਂਟਾਂ ਦੇਖ ਲਓ, ਬਾਰਡਰ ਤੋਂ ਕੀ ਕਿਹਾ ਉਹਨਾਂ ਨੇ, ਕਿਸੇ ਇਲੀਗਲ ਨੂੰ ਨਹੀਂ ਰਹਿਣ ਦੇਣਾ, 30-35 ਲੱਖ ਵੇਸਟ ਕਰਕੇ ਵਾਪਸ ਆਉਣਗੇ। ਅਤੇ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਇੱਥੋਂ ਦੀ ਜਿਹੜੀ ਐਜੂਕੇਸ਼ਨ ਸਿਸਟਮ ਹੈ ਉਹਨੂੰ ਡਿਗਰੀ ਓਰੀਐਂਟਡ ਨਹੀਂ, ਉਹਨੂੰ ਸਕਿੱਲ ਓਰੀਐਂਟਡ ਬਣਾਉਣਾ। ਅਤੇ ਤੁਸੀਂ ਮੈਨੂੰ ਕਹੋਗੇ ਕਿ ਯਾਰ ਤੂੰ ਅੱਜ ਕਹਿ ਰਿਹਾ, ਪਿਛਲੇ 4 ਸਾਲ ਜਦੋਂ ਵੀ ਮੈਂ ਆਇਆ ਦਰਬਾਰ ਸਾਹਿਬ 'ਚ ਮੀਡੀਆ ਨੇ ਮੈਨੂੰ ਫੜਿਆ, ਪਿਛਲੇ 4 ਸਾਲ ਕਿਉਂ ਫੜਿਆ? ਕਿਉਂਕਿ ਮੈਂ ਅਮਰੀਕਾ 'ਚ ਅੰਬੈਸਡਰ ਸੀ, ਉਹਨਾਂ ਨੂੰ ਪਤਾ ਲੱਗਦੀ ਨਹੀਂ ਹੈ, ਮੈਂ ਤਾਂ ਹਰ ਸਾਲ ਆਉਂਦਾ, ਇਹ ਤਾਂ ਤੁਹਾਡੇ 'ਤੇ ਡਿਪੈਂਡ ਕਰਦਾ ਤੁਸੀਂ ਕਦੋਂ ਫੜਦੇ ਹੋ। ਜਦੋਂ ਮੈਂ ਹਰ ਵਾਰੀ
ਸਕਿੱਲਸ ਦੀ, ਐਜੂਕੇਸ਼ਨ ਦੀ। ਮੈਂ ਐਸ ਜੀ ਪੀ ਸੀ ਨੂੰ ਵੀ ਕਿਹਾ ਤੁਸੀਂ ਕੱਢ ਕੇ ਦੇਖ ਲਓ, ਉਹਨਾਂ ਨੇ ਕਿਹਾ ਕੀ ਤੁਸੀਂ ਐਡਵਾਈਜ਼ ਕਰਦੇ ਹੋ। ਮੈਂ ਕਿਹਾ ਕਿ ਯਾਰ ਜਿਹੜੇ ਇੰਜੀਨੀਅਰਿੰਗ ਕਾਲਜ ਨੇ ਤੁਹਾਡੇ, ਉੱਥੇ ਦਸ ਬੱਚਿਆਂ ਨੂੰ ਪ੍ਰਾਈਜ਼ ਦਿਓ ਕਿ ਕੋਈ ਇਨੋਵੇਟਿਵ ਆਈਡੀਆ ਦੇਣ, ਕਿ ਦਰਬਾਰ ਸਾਹਿਬ 'ਚ ਜਿਹੜਾ ਰਸ਼ ਹੁੰਦਾ ਆ ਉਹਨੂੰ ਅਸੀਂ ਕਿਸ ਤਰ੍ਹਾਂ ਇਨੋਵੇਟਿਵ ਵੇ ਨਾਲ ਕਿਸ ਤਰ੍ਹਾਂ ਟੈਕਲ ਕਰ ਸਕਦੇ। ਦੇਖੋ ਆਪਾਂ ਆਲਵੇਜ਼ ਮੰਨਦੇ ਸਿਰਫ ਸਾਨੂੰ ਹੀ ਪਤਾ ਆ, ਲੇਕਿਨ ਮੈਂ ਨਹੀਂ ਇਹ ਮੰਨਦਾ, ਸਾਡੇ ਜਿਹੜੇ ਬੱਚੇ ਨੇ ਉਹਨਾਂ ਦੇ ਵੀ ਬੜੇ ਦਿਮਾਗ ਨੇ, ਹੋ ਸਕਦਾ ਉਹਨਾਂ ਤੋਂ ਕਈ ਅੱਛੇ ਆਈਡੀਆ ਮਿਲ ਜਾਣ। ਅਤੇ ਇਸ ਕਰਕੇ ਮੈਂ ਤਾਂ ਲੋਕਾਂ ਨਾਲ ਆਪਣੇ ਆਈਡੀਆ ਸ਼ੇਅਰ ਕਰਾਂਗਾ ਔਰ ਡਟ ਕੇ ਕਰਾਂਗਾ। ਔਰ ਦੂਸਰੀ ਗੱਲ ਜਿਹੜੀ ਡਰੱਗਸ ਦੀ ਗੱਲ ਹੈ, ਉਹਦੇ ਵੀ ਤਿੰਨ ਵੇ ਨੇ। ਪਹਿਲੀ ਗੱਲ ਲੋਅ ਐਂਡ ਆਰਡਰ ਤਾਂ ਬਾਰਡਰ, ਅਤੇ ਜਿਹੜੇ ਸਮਗਲਰ ਨੇ ਉਹਨਾਂ ਨੂੰ ਉਲਟਾ ਟੰਗਣਾ ਚਾਹੀਦਾ ਬਿਲਕੁਲ, ਇਹਦੇ 'ਚ ਕੋਈ ਲਾਲਤ ਨਹੀਂ ਹੋਣੀ ਚਾਹੀਦੀ, ਕਿਉਂਕਿ ਸਾਡੇ ਬੱਚਿਆਂ ਦਾ ਫਿਊਚਰ ਬਰਬਾਦ ਹੋ ਰਿਹਾ, ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਅਤੇ ਇਸ ਕਰਕੇ ਹੋਮ ਮਿਨਿਸਟਰ ਸਾਹਿਬ ਨੂੰ ਜਿੰਨੀ ਸੈਂਟਰਲ ਫੋਰਸ ਹੈ ਬਾਰਡਰ 'ਤੇ, ਲੇਕਿਨ ਲੋਅ ਐਂਡ ਆਰਡਰ ਇਹ ਸਟੇਟ ਸਬਜੈਕਟ ਹੈ, ਇਹਦੇ ਬਾਰੇ ਲੋਅ ਐਂਡ ਆਰਡਰ ਦਾ ਤੁਹਾਨੂੰ ਪਤਾ ਆ। ਜਿਹੜੇ ਇੱਥੇ ਆਈ ਪੀ ਐੱਸ ਅਫਸਰ ਨੇ ਉਹਨਾਂ ਦੀ ਰਿਸਪੋਂਸੀਬਿਲਟੀ ਬਣਦੀ ਹੈ ਕਿ ਸਾਰੇ ਆਪਣੇ ਭਰਾ ਭੈਣ ਸੇਫ ਫੀਲ ਕਰਨ, ਪਿੰਡਾਂ 'ਚ ਵੀ ਅਤੇ ਸ਼ਹਿਰਾਂ 'ਚ ਵੀ। ਤੀਜਾ ਤਰੀਕਾ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਕਿ ਯੂਨਾਈਟਿਡ ਸਟੇਟਸ ਸਭ ਤੋਂ ਵੱਡਾ ਜਿਹੜਾ ਡਰੱਗਸ ਦਾ ਅਫਸਰ ਹੈ ਡਾਕਟਰ ਰਾਹੁਲ ਗੁਪਤਾ, ਉਹ ਅੰਮ੍ਰਿਤਸਰ ਮੈਡੀਕਲ ਕਾਲਜ ਦਾ ਪੜ੍ਹਿਆ ਹੋਇਆ ਮੁੰਡਾ ਆ। ਪਿਛਲੇ ਸਾਲ ਜਦੋਂ ਮੋਦੀ ਸਾਹਿਬ ਸਟੇਟ ਵਿਜ਼ਿਟ 'ਚ ਆਏ, ਸਾਡੇ ਕੁਛ ਚੈਨਲਸ ਨੇ ਉਹਨੂੰ ਇੰਟਰਵਿਊ ਕੀਤਾ, ਉਹਨੇ ਕਿਹਾ ਜੋ ਵੀ ਅਸਿਸਟੈਂਸ ਚਾਹੀਦੀ ਹੋਏਗੀ, ਔਰ ਮੇਰਾ ਤਾਂ ਦੋਸਤ ਹੈ, ਮੈਨੂੰ ਉਹਨੇ ਕਿਹਾ ਅੰਮ੍ਰਿਤਸਰ ਨਾਲ ਉਹਨੂੰ ਪੰਜਾਬ ਨਾਲ ਸਪੈਸ਼ਲ ਲਗਾ ਹੈ ਕਿ ਜੋ ਵੀ ਪੰਜਾਬ ਨੂੰ ਬੈਸਟ ਪ੍ਰੈਕਟਿਸਿਸ ਜਾਂ ਐਕਸਪੀਰੀਅੰਸ ਵਾਈਜ਼ ਜਾਂ ਹੋਰ ਵੀ ਕੋਈ ਅਸਿਸਟੈਂਸ ਚਾਹੀਦੀ ਹੋਈ ਉਹ ਪ੍ਰੋਵਾਈਡ ਕਰਾਂਗੇ, ਉਹ ਵੀ ਲਿੰਕ ਆਪਾਂ ਬਣਾਵਾਂਗੇ। ਸੋ ਆਹ ਤਿੰਨੋਂ ਤਰੀਕਾ ਨਾਲ ਆਪਾਂ ਡਰੱਗਸ ਨੂੰ ਵੀ, ਕਿਉਂਕਿ ਅੱਖਾਂ ਬੰਦ ਕਰਕੇ ਗੱਲ ਨਹੀਂ ਬਣਦੀ। ਔਰ ਇੱਕ ਤਰੀਕਾ ਇਹ ਵੀ ਆ ਜਿਹੜਾ ਮੈਂ ਤੁਹਾਨੂੰ ਕਿਹਾ ਕਿ ਅਗਰ ਇੰਪਲੋਇਮੈਂਟ ਮਿਲੇਗੀ, ਅਗਰ ਉਹਨਾਂ ਨੂੰ ਵਧੀਆ ਸਕਿੱਲਸ ਮਿਲਣਗੀਆਂ, ਅਗਰ ਸਾਡੇ ਕਾਲਜ ਯੂਨੀਵਰਸਿਟੀਆਂ ਇੱਥੇ ਸੇਮੀ ਕੰਡਕਟਰਸ, ਹੋਰ ਸਾਈਬਰ ਸਿਕਿਉਰਿਟੀ, ਦੇਖੋ ਸਾਈਬਰ ਸਿਕਿਉਰਿਟੀ ਤੋਂ ਮੈਨੂੰ ਯਾਦ ਆਇਆ, ਇੱਕ ਤੁਹਾਨੂੰ ਮੈਂ ਐਗਜ਼ਾਮਪਲ ਜ਼ਰੂਰ ਦੇਵਾਂਗਾ। 3 ਸਾਲ ਪਹਿਲਾਂ ਮੈਨੂੰ ਇੱਕ ਯੰਗ ਮੁੰਡਾ ਮਿਲਿਆ ਨਿਊਯਾਰਕ 'ਚ, ਜਲੰਧਰ ਦਾ ਮੁੰਡਾ ਸੀਗਾ, ਸੂਟ ਪਾਇਆ ਹੋਇਆ ਸੀ, ਉਹ ਬਿਲੀਅਨੀਅਰ ਸੀਗਾ, ਹੁਣ ਬਿਲੀਅਨੀਅਰ ਬਣ ਗਿਆ, ਸਾਈਬਰ ਸਿਕਿਉਰਿਟੀ ਫਰਮ ਹੈ ਉਹਦੀ, ਇੰਡੀਆ 'ਚ ਬਣਾਈ ਸੀਗੀ, ਇਜ਼ਰਾਈਲ ਅਮਰੀਕਾ 'ਚ ਵੀ ਹੁਣ ਉਹਦੇ। ਅਤੇ ਮੁੰਡੇ ਨਾਲ ਮੈਂ ਗੱਲ ਕੀਤੀ, ਮੈਂ ਕਿਹਾ ਯਾਰ ਤੂੰ ਪੋਸਟ ਗ੍ਰੈਜੂਏਸ਼ਨ ਕਿੱਥੇ ਕੀਤੀ ਹੈ, ਮਤਲਬ ਆਪਣੀ ਐੱਮ ਏ ਕਿੱਥੇ ਕੀਤੀ ਹੈ। ਮੇਰੇ ਵੱਲ ਦੇਖ ਕੇ ਹੱਸ ਪਿਆ, ਕਹਿੰਦਾ ਅੰਕਲ ਮੈਂ ਨਾ 9th ਕਲਾਸ ਡਰੋਪ ਆਊਟ ਹੈ। ਮਤਲਬ ਕਿ ਸਾਡੇ ਯੰਗ 'ਚ ਐਨਰਜੀ ਹੈ, ਉਹ ਐਨਰਜੀ ਰਾਈਟ ਦਿਸ਼ਾ 'ਚ ਵੀ ਜਾ ਸਕਦੀ ਹੈ, ਗਲਤ ਦਿਸ਼ਾ 'ਚ ਵੀ ਜਾ ਸਕਦੀ ਹੈ। ਇਸ ਕਰਕੇ ਮੈਂ ਕਹਿੰਦਾ ਕਿ ਸਾਡੇ ਸਾਰਿਆਂ ਦੀ ਰਿਸਪੋਂਸੀਬਿਲਟੀ ਹੈ, ਮਿੱਟੀ ਸੁੱਟਣੀ ਤਾਂ ਬੜੀ ਈਜ਼ੀ ਹੈ, ਲੇਕਿਨ ਆਪਾਂ ਇਕੱਠੇ ਹੋ ਕੇ ਕੰਮ ਕਰੀਏ ਅਤੇ ਆਪਣੇ ਫਿਊਚਰ ਵਿੱਚ ਇਨਵੈਸਟ ਕਰੀਏ।
ਸੰਧੂ ਸਾਹਿਬ, ਪੰਜਾਬ ਦੀ ਆਮ ਸਰਕਾਰ ਜਿਹੜੀ ਆ, ਜਿਵੇਂ ਤੁਸੀਂ ਗੱਲ ਕੀਤੀ ਨਸ਼ਿਆਂ ਦੀ, ਨਸ਼ਿਆਂ ਨੂੰ ਰੋਕਣ ਦੇ ਵਿੱਚ ਫੇਲ ਰਹੀ ਆ, ਔਰ ਇੱਥੇ ਲਾਅ ਐਂਡ ਆਰਡਰ ਦੀ ਜੋ ਸਥਿਤੀ ਆਪਾਂ ਦੇਖ ਰਹੇ ਹਾਂ, ਰੋਜ਼ ਗੈਂਗਸਟਰ ਜਿਹੜੇ ਆ ਕਤਲ ਹੁੰਦੇ ਆ, ਲੁੱਟਾਂ ਖੋਹਾਂ ਹੋ ਰਹੀਆਂ ਨੇ, ਇਹਨਾਂ ਦੀ ਕਾਰਗੁਜ਼ਾਰੀ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਮੈਂ ਤਾਂ ਤੁਹਾਨੂੰ ਇਹ ਕਹਾਂਗਾ, ਉਹਨਾਂ ਨੂੰ ਸਵਾਲ ਕਰੋ। ਮੈਂ ਤਾਂ ਐਲਕਾ ਕੈਂਡੀਡੇਟ ਆਇਆ ਅਤੇ ਮੈਂ ਤੁਹਾਨੂੰ ਆਪਣੇ ਏਜੰਡੇ 'ਚ ਆ ਸਭ ਕੁਛ ਕਹਿ ਰਿਹਾ, ਅਤੇ ਤੁਸੀਂ ਮੇਰੀ ਸਪੋਰਟ ਕਰੋ ਅਤੇ ਜੇ ਲੋਕਾਂ ਨੂੰ ਦੱਸੋ ਕਿ ਭਾਈ ਇਹ ਪੜ੍ਹਿਆ ਲਿਖਿਆ ਐਕਸਪੀਰੀਅੰਸ ਕੈਂਡੀਡੇਟ ਆਹ ਗੱਲਾਂ ਕਰ ਰਿਹਾ। ਇਸ ਤਰ੍ਹਾਂ ਆ, ਮੈਂ ਫਿਊਚਰ ਦੀ ਗੱਲ ਔਰ ਆਪਣੀ ਪੋਜ਼ਿਟਿਵ ਗੱਲ ਕਰਦਾ, ਮੈਂ ਕਿਸੇ ਦੇ ਮਿੱਟੀ ਨਹੀਂ ਸੁੱਟਦਾ। ਮੈਂ ਤੁਹਾਨੂੰ ਕਹਿੰਦਾ ਗਾਂਹ ਲਈ ਕੀ ਹੋ ਸਕਦਾ, ਔਰ ਇਹਦੇ 'ਚ ਦੇਖੋ ਆਪਾਂ ਇਮੀਡੀਏਟ ਸਲਿਊਸ਼ਨ ਵੀ ਕੱਢੇ ਨੇ ਅਤੇ ਗਾਂਹ ਦੇ ਵੀ ਸਲਿਊਸ਼ਨ ਹੈਗੇ, ਅਤੇ ਮੈਂ ਆਪਣੇ ਆਪ ਨੂੰ ਉਹਦੇ ਵੱਲ ਹੀ ਰਿਸਟ੍ਰਿਕਟ ਕਰਾਂਗਾ। ਤੁਸੀਂ ਆਪ ਦੇਖੋ ਪਿਛਲੇ 7 ਸਾਲ ਤੋਂ ਸਾਡੇ ਐਮ ਪੀ ਸਾਹਿਬ ਨੇ, ਅਗਰ ਇੰਦੌਰ 6 ਸਾਲਾਂ 'ਚ ਆਪਣੀ ਸ਼ਕਲ ਬਦਲ ਸਕਦਾ, 6 ਸਾਲ ਪਹਿਲਾਂ ਦੇਖ ਲਿਓ ਕੀ ਹਾਲਤ ਹੈ, ਅਤੇ 7 ਸਾਲ ਹੋ ਗਏ ਨੇ। ਦੇਖੋ, ਮੈਂ ਅਮਰੀਕਾ 'ਚ ਰਾਜਦੂਤ ਸੀਗਾ, ਮੈਂ ਤਾਂ ਨਹੀਂ ਇਹ ਕਿਹਾ ਐਤਕਾਂ ਟਰੰਪ ਦੀ ਸਰਕਾਰ ਹੈ, ਹੁਣ ਬਾਈਡਨ ਦੀ ਸਰਕਾਰ ਹੋ ਗਈ ਅਤੇ ਮੈਂ ਤਾਂ ਕੁਛ ਨਹੀਂ ਕਰ ਸਕਦਾ, ਕਰਕੇ ਦਿਖਾਇਆ ਨਾ, ਅਤੇ ਇੱਥੇ ਵੀ ਕਰਕੇ ਦਿਖਾਵਾਂਗੇ। ਭਾਈ ਸਾਹਿਬ, ਮੈਂ ਭਾਰਤ ਦਾ ਰਾਜਦੂਤ ਸੀਗਾ, ਮੈਂ ਜਿਹੜੀਆਂ ਕੰਪਨੀਆਂ ਭਾਰਤ 'ਚ ਲੈ ਕੇ ਆਇਆ, ਅੱਗੇ ਤੁਸੀਂ ਅੰਮ੍ਰਿਤਸਰ ਵਾਲੇ ਅਤੇ ਪੰਜਾਬ ਸਰਕਾਰ ਉਹਨਾਂ ਨੂੰ ਇਨਵਾਈਟ ਕਰੇ, ਇੱਕ ਵਾਰੀ ਜ਼ਰਾ ਪੁੱਛੋਗਾ ਕਿ ਕਾਂਗਰਸ ਦੇ ਟਾਈਮ 'ਤੇ ਮੈਂ ਇੱਥੇ ਰਾਊਂਡ ਟੇਬਲ ਕਰਵਾਇਆ ਕਿ ਨਹੀਂ? ਜਦੋਂ ਕੋਵਿਡ ਸੀਗਾ ਅਸੀਂ ਵਰਚੁਅਲ ਰਾਊਂਡ ਟੇਬਲ ਕਰਵਾਇਆ, ਇੱਕ ਵਾਰੀ ਦੇਖੋ। ਮੈਂ ਤੁਹਾਨੂੰ ਇਹ ਵੀ ਕਿਹਾ, ਹਰ ਸਾਲ ਜਦੋਂ ਮੈਂ ਦਰਬਾਰ ਸਾਹਿਬ ਮੱਥਾ ਟੇਕਣ ਆਇਆ, ਜਦੋਂ ਵੀ ਮੈਨੂੰ ਪ੍ਰੈਸ ਨੇ ਪੁੱਛਿਆ, ਮੈਂ ਇਹ ਗੱਲਾਂ ਕੀਤੀਆਂ ਕਿ ਨਹੀਂ? ਮੈਂ ਤੁਹਾਨੂੰ ਸਕਿੱਲਸ ਦੇ ਬਾਰੇ ਕਿਹਾ ਕਿ ਨਹੀਂ? 4 ਸਾਲ ਹੋ ਗਏ ਮੈਂ ਤੁਹਾਨੂੰ ਸਾਰਿਆਂ ਦੇ ਥਰੂ, ਤੁਹਾਡੇ ਥਰੂ ਕਹਿ ਰਿਹਾ ਕਿ ਬਈ ਸਰਕਾਰ ਨੂੰ ਫੋਕਸ ਕਰਨਾ ਚਾਹੀਦਾ ਡਿਗਰੀ ਵੱਲ। ਅਗਰ ਮੈਂ ਤੁਹਾਨੂੰ ਅੱਜ ਦੱਸਾਂ, 1 ਮਹੀਨਾ ਪਹਿਲਾਂ ਹਰਿਆਣਾ ਸਰਕਾਰ ਨੇ ਜਪਾਨ ਨਾਲ ਅਗਰੀਮੈਂਟ ਕੀਤਾ, ਜਿਹੜੀ ਹਰਿਆਣੇ 'ਚ ਹਾਰਟੀਕਲਚਰ ਹੈ ਉਹਦੇ 'ਚ 90% ਜਾਇਕਾ ਜਿਹੜੀ ਜਪਾਨ ਦੀ ਕੰਪਨੀ ਆ, ਪਬਲਿਕ ਕੰਪਨੀ ਆ, ਉਹ ਇਨਵੈਸਟ ਕਰੇਗੀ। ਅਤੇ ਤੁਸੀਂ ਪੰਜਾਬ ਨੂੰ ਵੀ ਤਾਂ ਪੁੱਛੋ ਕਿ ਭਾਈ ਤੁਸੀਂ ਕੀ ਕਰ ਰਹੇ ਹੋ, ਉੱਧਰ ਵੀ ਕਰੋ, ਆਪਾਂ ਇੱਕ ਦੂਜੇ 'ਤੇ ਮਿੱਟੀ ਨਾ ਸੁੱਟੀਏ। ਸਾਨੂੰ ਇਸ ਕਰਕੇ ਫੋਕਸ ਕੀਤਾ ਕਿ ਬੀਜੇਪੀ ਨੇ ਤੁਹਾਨੂੰ ਟਿਕਟ ਦੇ ਦਿੱਤੀ, ਵਰਨਾ ਤੁਸੀਂ ਰਾਜਦੂਤ ਉੱਥੇ ਰਿਟਾਇਰ ਹੋਏ ਸੀ, ਆਰਾਮ ਨਾਲ ਜ਼ਿੰਦਗੀ ਸੌਂਪੋ, ਕਿ ਨਾਮ ਬਹੁਤ ਵੱਡਾ ਆ, ਹੁਣ ਇਸ ਕਰਕੇ ਤੁਹਾਨੂੰ ਪ੍ਰੈਸ ਕਾਨਫਰੰਸ ਕਰਨੀ ਪਈ ਕਿਉਂਕਿ ਤੁਹਾਨੂੰ ਟਿਕਟ ਮਿਲੀ ਹੈ, ਇਹ ਵੀ ਤਾਂ ਇੱਕ ਵਜ੍ਹਾ ਹੋ ਸਕਦੀ ਸਰ। ਉਹ ਭਾਈ ਸਾਹਿਬ, ਟਿਕਟ ਮਿਲੀ ਆ, ਤੁਸੀਂ ਕਹਿ ਰਹੇ ਹੋ ਕਿ ਮੈਂ ਅਮਰੀਕਾ 'ਚ ਰਹਿ ਕੇ ਕਈ ਕੰਪਨੀਆਂ ਮੈਨੂੰ ਟਿਕਟਾਂ ਦੇ ਦਿੰਦੀਆਂ, ਅਗਰ ਤੁਸੀਂ ਗੱਲ ਕਰ। ਦੂਜੀ ਗੱਲ, ਮੈਂ ਜਦੋਂ ਅੰਮ੍ਰਿਤਸਰ ਆਇਆ ਉਦੋਂ ਮੈਨੂੰ ਟਿਕਟ ਨਹੀਂ ਮਿਲੀ ਸੀ, ਅਗਰ ਮੈਂ ਦੇਸ਼ ਵੀ ਕੀਤਾ, ਮੈਂ ਪੰਜਾਬ ਲਈ ਵੀ ਕੀਤਾ, ਮੈਂ ਅੰਮ੍ਰਿਤਸਰ ਲਈ ਵੀ ਕੀਤਾ, ਮੈਂ ਤੁਹਾਨੂੰ ਐਗਜ਼ਾਮਪਲ ਵੀ ਦਿੱਤਾ ਆ। ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਇੱਕ ਬਹੁਤ ਵੱਡਾ ਨਾਂ ਆ, ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸਰਦਾਰ ਤੇਜਾ ਸਿੰਘ ਦੇ ਨਾਮ ਦੇ ਉੱਪਰ ਚੱਲਦੀ ਹੈ ਜੀ। ਅੱਜ ਤੁਹਾਨੂੰ ਦੇਸ਼ ਦੀ ਪਾਰਲੀਮੈਂਟ ਲਈ ਇੱਕ ਰਾਹ ਦਾ, ਪੌੜੀ ਦਾ ਰਾਹ ਮਿਲਿਆ, ਕੀ ਆਸ ਰੱਖਦੇ ਹੋ ਕਿਸ ਤਰ੍ਹਾਂ ਦਾ ਗੁਰੂ ਨਗਰੀ ਜਿਹੜੀ ਤੁਹਾਡਾ?
ਦੇਖੋ ਦੇਖੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤੁਸੀਂ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਨਾਂ ਲਿਆ, ਮੈਂ ਤੁਹਾਨੂੰ ਸਾਰਿਆਂ ਨੂੰ ਡਾਕਟਰ ਪਿਆਰ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇੱਕ ਕਿਤਾਬ ਛਾਪੀ ਹੈ, ਕਦੀ ਉਹ ਹੀ ਪੜ੍ਹਨਾ ਟਾਈਮ ਮਿਲਿਆ। 1926 'ਚ ਉਹਨਾਂ ਦੀ ਸ਼ਹਾਦਤ ਲਾਹੌਰ ਜੇਲ੍ਹ 'ਚ ਹੋਈ। ਸਾਡੀ ਫੈਮਿਲੀ ਦੀ ਜਿਹੜੀ ਪ੍ਰੋਪਰਟੀ ਸੀਗੀ ਗਿਰਵੀ ਰੱਖ ਕੇ ਅਕਾਲੀ ਦਲ ਅਤੇ ਫਰੀਡਮ ਸਟਰਗਲ 'ਚ ਉਹਨਾਂ ਨੇ ਇਨਵੈਸਟ ਕੀਤਾ। ਤੁਹਾਨੂੰ ਇਹ ਵੀ ਜਾਣ ਕੇ ਸ਼ਾਇਦ ਥੋੜ੍ਹੀ ਹੈਰਾਨਗੀ ਹੋਵੇ ਕਿ 1917 'ਚ ਸਰਦਾਰ ਤੇਜਾ ਸਿੰਘ ਸਮੁੰਦਰੀ ਜਿਹੜੇ 6 ਕਲਾਸ ਵੀ ਨਹੀਂ ਪੜ੍ਹੇ ਸੀ, ਉਹਨਾਂ ਨੇ 2 ਸਕੂਲ ਬਣਾਏ ਸਰਿਆਲੀ 'ਚ ਜਿਹੜੇ ਹਾਲੇ ਵੀ ਹੈਗੇ, ਉਹਨਾਂ 'ਚੋਂ ਇੱਕ ਕੁੜੀਆਂ ਦਾ ਸਕੂਲ ਹੈ ਅਤੇ 2 ਸਕੂਲ ਸਮੁੰਦਰੀ 'ਚ ਬਣਾਏ 1917 'ਚ। ਬੰਦੇ ਦੀ ਗਾਂਹ ਦੀ ਸੋਚ ਦੇਖੋ। ਸਰਦਾਰ ਤੇਜਾ ਸਿੰਘ ਸਮੁੰਦਰੀ ਨੂੰ ਉਹਨਾਂ ਦੀ ਸ਼ਹਾਦਤ ਤੋਂ ਬਾਅਦ 10 ਸਾਲ ਦੇ ਬਾਅਦ SGPC ਹੈੱਡਕੁਆਰਟਰ ਜਦੋਂ ਬਣੇ ਉਹਦਾ ਨਾਂ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਹੈ। ਉਦੋਂ ਤੋਂ ਲੈ ਕੇ ਅੱਜ ਤੱਕ ਇੱਕੋ ਹੀ ਬਿਲਡਿੰਗ ਦਰਬਾਰ ਸਾਹਿਬ ਕੰਪਲੈਕਸ 'ਚ ਨੌਨ ਗੁਰੂ ਦੇ ਨਾਂ 'ਤੇ ਹੈਗੀ ਹੈ। ਉਹਨਾਂ ਦੀ ਲਾਈਫ ਤੋਂ ਮੈਨੂੰ ਪ੍ਰੇਰਣਾ ਮਿਲਦੀ ਹੈ। ਮੈਂ ਅੱਜ ਵੀ ਦੁਬਾਰਾ ਕਹਿੰਦਾ ਹਾਂ, ਮੈਂ ਕਈ ਵਾਰੀ ਨੈਸ਼ਨਲ ਇੰਟਰਨੈਸ਼ਨਲ ਚੈਨਲਸ ਅਤੇ ਲੋਕਲ ਚੈਨਲਸ ਬਾਰ ਬਾਰ ਇਹੋ ਹੀ ਕਿਹਾ ਕਿ ਐਜੂਕੇਸ਼ਨ ਸਾਡੇ ਲਈ ਬਹੁਤ ਜ਼ਰੂਰੀ ਹੈ। ਸਰਦਾਰ ਬਿਸ਼ਨ ਸਿੰਘ ਸਮੁੰਦਰੀ ਅਮਰੀਕਾ ਤੋਂ ਪੜ੍ਹ ਕੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਬਣੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਇਸਟੈਬਲਿਸ਼ ਕੀਤਾ। ਅੱਜ ਵੀ ਤੁਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਖੋ, 1969 'ਚ ਇਸਟੈਬਲਿਸ਼ ਹੋਈ। ਸਕੂਲ ਆਫ ਲਾਈਫ ਸਾਇੰਸਿਸ ਹੈ, ਸਕੂਲ ਆਫ ਸੋਸ਼ਲ ਸਾਇੰਸਿਸ ਹੈ। ਤੁਸੀਂ ਗਾਂਹ ਦੀ ਸੋਚ ਦੇਖੋ, ਉਦੋਂ ਸ਼ੁਰੂ ਕੀਤੇ। ਸਾਨੂੰ ਉਹ ਚੀਜ਼ ਨੂੰ ਗਾਂਹ ਲਿਜਾਣ ਦੀ ਲੋੜ ਹੈ। ਮੇਰੇ ਮਦਰ ਜਗਜੀਤ ਕੌਰ ਸੰਧੂ ਇੱਥੋਂ ਦੇ ਰੂਰਲ ਏਰੀਆ ਨੂੰ ਬਿਲੋਂਗ ਕਰਦੇ ਸੀ। ਅੱਜ ਵੀ ਕਿਸੇ ਰੂਰਲ ਫਾਰਮਰ ਨੂੰ ਪੁੱਛੋ, ਕਹਿੰਦੇ ਯਾਰ ਸਾਡੀਆਂ ਧੀਆਂ ਤਾਂ ਇੱਥੇ ਹੀ ਰਹਿੰਦੀਆਂ। 1958 'ਚ 2 ਸਾਲ 'ਚ ਅਮਰੀਕਾ ਤੋਂ PhD ਕਰਕੇ ਆਏ। 2 ਸਾਲ 'ਚ ਅੱਜ ਕੱਲ੍ਹ ਵੀ ਇੰਪੋਸੀਬਲ ਹੈ। ਜਗਜੀਤ ਕੌਰ ਸੰਧੂ ਵਾਪਸ ਕਿੱਥੇ ਆਏ? ਗਵਰਨਮੈਂਟ ਕਾਲਜ ਅੰਮ੍ਰਿਤਸਰ ਪੜ੍ਹਾਇਆ ਅਤੇ ਉੱਥੇ ਪ੍ਰਿੰਸੀਪਲ ਬਣਿਆ। ਸੋ ਇਹ ਮੇਰੀ ਲੈਗੇਸੀ ਹੈ, ਐਜੂਕੇਸ਼ਨ ਸਕਿੱਲ ਨੌਲੇਜ ਪਾਰਟਨਰਸ਼ਿਪ, ਜਿਹੜਾ ਭਾਰਤ ਅਮਰੀਕਾ 'ਚ ਬਹੁਤ ਸਟਰੋਂਗਲੀ ਕਮ ਸੇ ਕਮ 180 ਪ੍ਰੈਜ਼ੀਡੈਂਟ ਨਾਲ ਮੈਂ 4 ਸਾਲਾਂ 'ਚ ਮੁਲਾਕਾਤ ਕੀਤੀ। ਮੇਰਾ ਟਵਿੱਟਰ ਅਕਾਊਂਟ ਦੇਖੋ, ਉਹ ਸਾਰੇ ਕਨੈਕਸ਼ਨ ਮੈਂ ਅੰਮ੍ਰਿਤਸਰ ਤੱਕ ਨਾਲ ਜੋੜਨਾ ਚਾਹੁੰਦਾ ਹਾਂ। ਹੁਣ ਇਹ ਸਹੀ ਹੈ ਤਾਂ ਗਲਤ ਹੈ, ਇਹ ਤਾਂ ਲੋਕੀ ਡਿਸਾਈਡ ਕਰਨਗੇ। ਮੇਰਾ ਸਵਾਲ ਸੀਗਾ ਜੀ, ਮੈਂ ਗੱਲ ਕਰ ਲਵਾਂ ਕਨੈਕਸ਼ਨ ਜੋੜਨਾ। ਮੇਰੇ ਭਾਈਚਾਰੇ ਦੇ ਸਵਾਲ ਬੜੇ ਵਾਜ਼ਬ ਨੇ ਔਰ ਧਰਤੀ ਤੇ ਹਜ਼ਾਰਾਂ ਦੇ ਨਾਲ ਜੁੜੇ ਹੋਏ। ਮੇਰੇ ਵੀਰ ਜੀ ਨੇ ਗੱਲ ਪੁੱਛੀ ਤੇ ਤੁਸੀਂ ਪਹਿਲਾਂ ਟੋਨੀ ਨਾਲ ਕੁਛ ਲੈ ਕੇ ਆਏ। ਮੈਂ ਆਪਣੇ ਹੀ ਭਾਈਚਾਰੇ ਦੇ ਉਹ ਕੋਵਿਡ ਹੋਇਆ ਨਾ, ਆਪਣੇ ਸਾਰੇ ਭੈਣਾਂ ਅਤੇ ਭਰਾ ਜਿਹੜੇ ਪੇਰੈਂਟ ਸੀਗੇ ਮੈਨੂੰ ਫੋਨ ਕਰਦੇ ਸੀ, ਸਾਡੇ ਬੱਚੇ ਨੇ ਮਰਨਾ ਤਾਂ ਵਾਪਸ ਆ ਕੇ ਮਰੇ। ਤੁਹਾਨੂੰ ਯਾਦ ਹੈ ਨਾ ਕੋਵਿਡ ਦਾ ਕੀ ਹਾਲ ਹੈ? 1 ਲੱਖ ਬੱਚਾ, ਜਿਹਦੇ 'ਚੋਂ ਅੰਮ੍ਰਿਤਸਰ ਦੇ ਵੀ ਬੱਚੇ ਸੀਗੇ,
ਗੁਰਜੀਤ ਸਿੰਘ ਔਜਲੇ ਨੇ ਵੀ ਮੈਨੂੰ ਫੋਨ ਕੀਤੇ, ਉਹ ਸਾਰੇ ਅਸੀਂ ਵਾਪਸ ਭਜਵਾਏ ਏਅਰਪੋਰਟ। ਜਦੋਂ ਕੋਈ ਨਹੀਂ ਜਾਣ ਨੂੰ ਤਿਆਰ ਸੀ, ਮੈਂ ਤੇ ਮੇਰੇ ਅਫਸਰ ਏਅਰਪੋਰਟ ਗਏ। ਤੋ ਐਸੀ ਗੱਲ ਨਹੀਂ, ਭਾਰਤ ਦਾ ਰਾਜਦੂਤ ਸੀ, ਸਾਰਿਆਂ ਲਈ ਆਪਾਂ ਕੰਮ ਕੀਤਾ, ਅੰਮ੍ਰਿਤਸਰ ਲਈ ਵੀ, ਪੰਜਾਬ ਲਈ ਵੀ। ਬਿਲਕੁਲ ਡਿਊਟੀ ਸੀ, ਨਹੀਂ ਨਹੀਂ ਭਾਜੀ, ਭਾਜੀ ਪਬਲਿਕ ਡਿਊਟੀ, ਪਬਲਿਕ ਡਿਊਟੀ ਸੀ। ਮੈਂ ਤੁਹਾਨੂੰ ਕਿਹਾ, ਦੇਖੋ ਮੈਂ ਭਾਰਤੀ ਵਿਦੇਸ਼ ਸੇਵਾ ਦਾ ਅਫਸਰ ਸੀਗਾ, ਮੈਂ ਆਪਣੀ ਡਿਊਟੀ ਰਿਸਪੋਂਸੀਬਿਲਟੀ ਕੀਤੀ। ਸਾਰੇ ਲੋਕ ਉਦੋਂ ਬੈਨ ਲੱਗਾ ਸੀਗਾ, ਘਰ ਵੀ ਬਹਿ ਸਕਦੇ ਸੀ ਜਿਸ ਤਰ੍ਹਾਂ ਇੱਥੇ ਬੈਠੇ ਸੀ। ਅਸੀਂ ਸਪੈਸ਼ਲ ਪਰਮਿਸ਼ਨ ਲਿਆ ਕੇ ਪਤਾ ਲਗਾਇਓ ਕਿੰਨੀਆਂ ਇੰਟਰਨੈਸ਼ਨਲ ਫਲਾਈਟਸ ਚੱਲੀਆਂ, ਸਿਰਫ ਉਦੋਂ ਭਾਰਤ ਦੀ ਚੱਲੀ ਸੀ ਸਭ ਤੋਂ ਪਹਿਲਾਂ। ਸੋ ਜੋ ਵੀ ਰਿਸਪੋਂਸੀਬਿਲਟੀ ਰਹੀ, ਜਦੋਂ ਵੀ ਰਹੀ, ਉਦੋਂ ਮੈਂ ਤਾਂ ਭਾਈ ਸਾਹਿਬ ਅਗਲੇ ਪਾਸੇ ਦੇਖ ਰਿਹਾ। ਮੈਂ ਤਾਂ ਬਿਲਕੁਲ ਇਸ ਵੇਲੇ ਸਟੂਡੈਂਟ ਨੂੰ ਹੀ ਮਿਲ ਕੇ ਆਇਆ, ਅਤੇ ਮੈਂ ਉਹਨਾਂ ਨੂੰ ਇਹੋ ਹੀ ਸਮਝਾਇਆ ਕਿ ਕਾਕਾ ਗਾਂ ਵੱਲ ਦੇਖੋ, ਇਸ ਟਾਈਮ 'ਤੇ ਬੜਾ ਜ਼ਰੂਰੀ ਆਪਣੇ ਟੀਚਰਾਂ ਨੂੰ, ਆਪਣੇ ਵਾਈਸ ਚਾਂਸਲਰ ਨੂੰ, ਆਪਣੇ ਪ੍ਰਿੰਸੀਪਲਾਂ ਨੂੰ ਪੁੱਛੋ ਕਿ ਸਾਨੂੰ ਇੱਥੇ ਸੈਮੀ ਕੰਡਕਟਰ ਦੀ, ਸਾਨੂੰ ਇੱਥੇ ਕੁਆਂਟਮ ਦੀ, ਸਾਨੂੰ ਇੱਥੇ ਸਾਈਬਰ ਸਿਕਿਉਰਿਟੀ ਦੀ, ਉਹਦੀ ਟ੍ਰੇਨਿੰਗ ਅਤੇ ਐਜੂਕੇਸ਼ਨ ਵੀ ਹੋਣੀ ਚਾਹੀਦੀ, ਕਿਉਂਕਿ ਉਹਦੇ ਨਾਲ ਸਾਨੂੰ ਅੱਗੇ ਜੋਬਸ ਮਿਲਣਗੀਆਂ। ਹੁਣ ਮੈਨੂੰ ਪਰਮਿਸ਼ਨ ਦਿਓ। ਹਾਂਜੀ, ਮੈਂ ਇਹੋ ਹੀ ਕਹਾਂਗਾ ਕਿ ਦੇਖੋ ਗੁਰੂ ਮਹਾਰਾਜ ਨੇ ਅੱਗੇ ਵੀ ਕਿਰਪਾ ਕੀਤੀ, ਅਤੇ ਫਾਈਨਲੀ ਲੋਕਾਂ ਦਾ ਰਾਈਟ ਹੈ, ਉਹ ਡਿਸਾਈਡ ਕਰਨਗੇ, ਜੋ ਵੀ ਡਿਸਾਈਡ ਕਰਨਗੇ ਠੀਕ ਹੋਏਗਾ। ਲੇਕਿਨ ਐਤਕਾਂ ਤੁਸੀਂ ਜੋ ਵੀ ਹੋਵੇ ਉਹਨੂੰ ਅਕਾਊਂਟੇਬਲ ਰੱਖਿਓ, ਕਿਉਂਕਿ ਮੈਨੂੰ ਇਹ ਖੁਸ਼ੀ ਹੈ ਕਿ ਇੱਥੋਂ ਦੇ ਮੁੱਦੇ ਮੈਂ ਬਦਲਤੇ ਨੇ। ਹੁਣ ਸਾਰੇ ਕੈਂਡੀਡੇਟ ਇਹੋ ਇਹਨਾਂ ਬਾਰੇ ਗੱਲ ਕਰਦੇ ਆ, ਅਤੇ ਗਾਂ ਕੀ ਕੀਤਾ, ਇਹ ਨਹੀਂ ਕਿ ਮੈਂ ਸਵਾਲ ਉਠਾਇਆ, ਮੈਂ ਕੀਤਾ ਕੀ, ਮੈਂ ਤਦੇ ਤੁਹਾਨੂੰ ਅਮਰੀਕਾ ਦਾ ਜਵਾਬ ਦਿੱਤਾ ਸੀ। ਲੇਕਿਨ ਉਹ ਸਿਸਟਮ 'ਚ ਇਨਫਲੂਐਂਸ ਕਰਕੇ ਕੁਛ ਉਹਦੇ ਨਤੀਜੇ ਕੱਢੇ। ਆਪਾਂ ਫਾਈਨਲੀ ਇਕੱਠੇ ਹੋ ਕੇ ਅਗਲੇ 5 ਸਾਲ ਆਪਣੇ ਬੱਚਿਆਂ ਲਈ ਮਿਲ ਕੇ ਕੰਮ ਕਰਨਾ। ਥੈਂਕ ਯੂ ਬ੍ਰਦਰ, ਥੈਂਕ ਯੂ, ਥੈਂਕ ਯੂ। ਮੈਂ ਬਿਲਕੁਲ ਜਦੋਂ ਵੀ ਜਿੱਥੇ ਵੀ ਹੁਣ ਜਿਹੜੇ ਵੀ ਫੰਕਸ਼ਨ, ਮੇਰੀ ਗੱਲ ਤਾਂ ਸੁਣ ਲਓ, ਮੇਰੀ ਮੇਰੇ ਪ੍ਰੋਗਰਾਮ ਹੋਣਗੇ ਅਸੀਂ ਸ਼ੇਅਰ ਕਰਾਂਗੇ। ਅਸੀਂ ਵੀ ਸਿੱਖ ਰਹੇ ਹਾਂ, ਕੋਈ ਮੇਰੇ ਕੋਲ ਐਕਸਪੀਰੀਅੰਸਡ ਲੋਕ ਤਾਂ ਹੈ ਨਹੀਂ, ਬੱਚੇ ਹੀ ਮੇਰੇ ਨਾਲ ਕੰਮ ਕਰ ਰਹੇ ਨੇ। ਜਿਸ ਤਰ੍ਹਾਂ ਐਕਸਪੀਰੀਅੰਸ ਹੋਏਗਾ, ਜਿਸ ਤਰ੍ਹਾਂ ਦੇਖੋ, ਮੈਂ ਤਾਂ ਅਮਰੀਕਾ 'ਚ ਵੀ ਐਕਸੈਸੀਬਲ ਸੀ, ਹਰ ਵਾਰੀ ਤੁਹਾਨੂੰ ਵੀ ਐਕਸੈਸੀਬਲ, ਤੁਹਾਡੀ ਸ਼ਕਲ ਤਾਂ ਮੈਨੂੰ ਯਾਦ ਹੈ, ਜਦੋਂ ਵੀ ਮੈਂ ਦਰਬਾਰ ਸਾਹਿਬ ਜਾਇਆ ਤੁਸੀਂ ਮੈਨੂੰ ਮਿਲੇ ਹੋ, ਅਤੇ ਮੇਰੀ ਬੋਲੀ ਨਾਲ ਮੈਨੂੰ ਸਾਹਮਣੇ ਦੇਖ ਕੇ ਤੁਸੀਂ ਦੇਖ ਲਓ, ਮੈਂ ਤਾਂ ਆਲਵੇਜ਼ ਐਕਸੈਸੀਬਲ ਹੋਵਾਂਗਾ। ਅਤੇ ਰੈਗੂਲਰਲੀ ਅਗਰ ਆਪਾਂ ਬਾਹਰ ਨਹੀਂ ਮਿਲ ਸਕਦੇ, ਤਾਂ ਕਮ ਸੇ ਕਮ ਹਰ ਹਫ਼ਤੇ ਇੱਕ ਵਾਰੀ ਆਪਾਂ ਮਿਲਾਂਗੇ, ਇਕੱਠੇ ਹੋ ਕੇ ਚਾਹ ਪੀਵਾਂਗੇ, ਅਤੇ
ਸੈਂਸੀਬਿਲਿਟੀ ਦੀ ਕੋਈ ਪ੍ਰੋਬਲਮ ਨਹੀਂ ਹੋਊ। ਸੰਧੂ ਸਾਹਿਬ, ਤੁਸੀਂ ਵਿਦੇਸ਼ ਮਾਮਲਿਆਂ ਦੇ ਮਾਹਰ ਹੋ, ਤੁਹਾਨੂੰ ਅੰਮ੍ਰਿਤਸਰ ਵਾਲਿਆਂ ਨੂੰ ਔਰ ਦੇਸ਼ ਨੂੰ ਤੁਹਾਡੇ ਤੇ ਬੜਾ ਮਾਣ ਹੈ, ਬੜੇ ਉੱਚੇ ਹੋਦੇ ਹੋ। ਭਾਜੀ ਕੀ ਬਾਉਂਸਰ ਮਾਰ ਰਹੇ ਹੋ, ਸਿੱਧੀ ਗੱਲ ਕਹੋ। ਬਹੁਤ ਸੇਵਾ ਕੀਤੀ ਹੈ ਜੀ, ਬਾਉਂਸਰ ਨਿਗਾ ਸਰ। 5-6 ਸਾਲ ਪਹਿਲੇ ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਵਾਸਤੇ ਅਹਿਮ ਭੂਮਿਕਾ ਨਿਭਾਈ ਔਰ ਅੱਜ ਸ਼ਰਧਾਲੂਆਂ ਨੂੰ ਬਹੁਤ ਉਹਦਾ ਫਾਇਦਾ ਵਾ, ਜਾ ਕੇ ਦਰਸ਼ਨ ਕੀਤੇ ਜਾਂਦੇ ਆ। ਸ਼ਰਧਾਲੂਆਂ ਦੀ ਲੰਮੇ ਸਮੇਂ ਤੋਂ ਮੰਗ ਆ ਕੋਈ ਇਸ ਤਰ੍ਹਾਂ ਦਾ ਕੋਈ ਕੋਰੀਡੋਰ ਜਿਹੜਾ ਵਾ ਉਹ ਨਨਕਾਣਾ ਸਾਹਿਬ ਤੱਕ ਬਣੇ, ਤਾਂ ਕਿ ਭਾਵੇਂ ਸੇਮ ਡੇ ਦਰਸ਼ਨ ਕਰਕੇ ਵਾਪਸ ਆ ਜਾਣ ਜਾਂ ਇੱਕ ਦਿਨ ਸਟੇਅ ਕਰਕੇ ਵਾਪਸ ਆ ਜਾਣ। ਕੀ ਸੰਧੂ ਸਾਹਿਬ ਤੋਂ ਆਸ ਕੀਤੀ ਜਾ ਸਕਦੀ ਹੈ ਜੇ ਅੰਮ੍ਰਿਤਸਰ ਵਾਲੇ ਉਹਨਾਂ ਨੂੰ ਮੌਕਾ ਦਿੰਦੇ ਆ ਕੋਈ ਇੰਝ ਦੀ ਸਹੂਲਤ ਮਿਲ ਸਕਣ ਦੀ ਆਸ ਆ? ਤੁਸੀਂ ਵਿਦੇਸ਼ ਮਾਮਲਿਆਂ ਦੇ ਮਾਹਰ ਹੋ ਔਰ ਮੋਦੀ ਸਰਕਾਰ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਇੱਜ਼ਤ ਹੈ। ਤੁਹਾਨੂੰ ਪਤਾ ਕਿ ਉਹ ਵੀ ਕੋਰੀਡੋਰ 'ਚ ਮੋਦੀ ਸਾਹਿਬ ਦੀ ਬਹੁਤ ਪੋਜ਼ਿਟਿਵ ਰੋਲ ਸੀਗਾ ਅਤੇ ਜਿਹੜਾ ਤੁਸੀਂ ਮਾਮਲਾ ਦੱਸਿਆ ਉਹਦੇ ਲਈ ਵੀ ਬਿਲਕੁਲ ਜ਼ੋਰ ਲਗਾਵਾਂਗਾ। ਮੈਂ ਤੁਹਾਨੂੰ ਇੱਕ ਹੋਰ ਗੱਲ ਵੀ ਦੱਸਣਾ ਚਾਹੁੰਦਾ ਹਾਂ ਕਿ ਅਮਰੀਕਾ ਨੂੰ 2 ਕੌਂਸੂਲੇਟ ਖੋਲ੍ਹਣ ਦੀ ਪਰਮਿਸ਼ਨ ਮਿਲੀ ਜਿਹੜੀ ਇੰਡੀਆ ਨੂੰ ਵੀ ਮਿਲੀ ਹੈ। ਉੱਥੇ ਪੰਜਾਬੀ ਭਾਈਚਾਰਾ ਜਿਹੜਾ ਮੇਰੇ ਪਿੱਛੇ ਪਿਆ ਸੀ ਕਿ ਸਿਆਟਲ ਕੌਂਸੂਲੇਟ ਖੋਲ੍ਹੋ, ਸਿਆਟਲ ਕੌਂਸੂਲੇਟ ਅਸੀਂ ਖੋਲ੍ਹਿਆ ਹੈ। ਅੰਮ੍ਰਿਤਸਰ 'ਚ ਅਮਰੀਕਾ ਦਾ ਕੌਂਸੂਲੇਟ ਖੋਲ੍ਹੇ, ਮੈਂ ਡਾਕਟਰ ਜੈਸ਼ੰਕਰ ਨੂੰ ਆਲਰੇਡੀ ਰਿਕੁਐਸਟ ਕਰ ਚੁੱਕਿਆ, ਮੈਂ ਅੰਬੈਸਡਰ ਗਾਰਸਿਟੀ ਨੂੰ ਵੀ ਰਿਕੁਐਸਟ ਕਰ ਚੁੱਕਿਆ ਜਿਹੜੇ ਮੇਰੇ ਪੁਰਾਣੇ ਦੋਸਤ ਨੇ, ਅਤੇ ਆਪਾਂ ਅਮਰੀਕਨ ਕੌਂਸੂਲੇਟ ਅੰਮ੍ਰਿਤਸਰ 'ਚ ਖੁਲਾਉਣਾ ਹੀ ਖੁਲਾਉਣਾ, ਪਲੱਸ ਏਅਰ ਕੈਨੇਡਾ ਦੀ ਅਤੇ ਯੂਨਾਈਟਿਡ ਦੀ ਦੋਵੇਂ ਚੀਨ ਨੇ ਅੰਮ੍ਰਿਤਸਰ ਡਾਇਰੈਕਟ ਫਲਾਈਟ ਸ਼ੁਰੂ ਕਰਵਾਉਣ ਲਈ, ਉਹ ਵੀ ਕਰਵਾਉਣੀਆਂ ਕਿਉਂਕਿ ਸਾਡੇ ਲੋਕਾਂ ਨੂੰ ਅੰਮ੍ਰਿਤਸਰ ਦੇ ਲੋਕਾਂ ਨੂੰ ਇੱਥੋਂ ਹੀ ਫਲਾਈਟਾਂ ਮਿਲ। ਹੋਰ ਵੀ ਜਿਹੜਾ ਵੀ ਅਗਰ ਪਾਸਪੋਰਟ ਦਫ਼ਤਰ 'ਚ ਕੋਈ ਪ੍ਰੋਬਲਮ ਹੈ ਤਾਂ ਮੈਨੂੰ ਆ ਕੇ ਜ਼ਰੂਰ ਦੱਸੋ, ਕਿਉਂਕਿ ਇਸ ਵੇਲੇ ਟੈਕਨੋਲੋਜੀ ਦਾ ਦੌਰ ਹੈ, ਜਿਹੜੀ ਚੀਜ਼ ਇੱਕ ਵਾਰੀ ਲੌਗਇਨ ਹੋ ਜਾਂਦੀ ਹੈ ਅਗਰ ਉਹ ਡਿਲੇ ਹੋ ਰਹੀ ਹੈ ਤਾਂ ਮੈਂ ਆਪਣੇ ਦਫ਼ਤਰ 'ਚ ਜ਼ਰੂਰ ਇੱਕ ਦਫ਼ਤਰ ਖੋਲ੍ਹਾਂਗਾ ਔਰ ਵਿਦੇਸ਼ ਮੰਤਰਾਲੇ ਨੂੰ ਸਿੱਧਾ ਡਾਇਰੈਕਟਲੀ ਫੋਰਨ ਸੈਕਟਰੀ ਨੂੰ ਅਤੇ ਵਿਦੇਸ਼ ਮੰਤਰੀ ਨੂੰ ਬਿਲਕੁਲ ਦੱਸਾਂਗੇ। ਇਹੋ ਜਿਹੀਆਂ ਪ੍ਰੋਬਲਮ ਜਿਹੜੀਆਂ ਸੋਲਵ ਕਰ ਸਕਦੇ ਹਾਂ ਔਰ ਨਾ ਵੀ ਕਰ ਸਕਦੇ ਹੋਏ ਉਹਨਾਂ ਨੂੰ ਡੈਫੀਨੇਟਲੀ ਦਿੱਲੀ ਤੱਕ ਇੱਕ ਡਾਇਰੈਕਟ ਰੂਟ, ਕਿਉਂਕਿ ਅੰਬੈਸਡਰ ਕੀ ਕਰਦਾ ਆ, ਅੰਬੈਸਡਰ ਦਾ ਵੀ ਕੰਮ ਹੈ। ਅਗਰ ਮੈਂ ਅਮਰੀਕਾ ਸੀ, ਅਮਰੀਕਾ 'ਚ ਭਾਰਤ 'ਚ ਰੂਟ ਬਣਾਇਆ, ਇੱਥੇ ਵੀ ਅੰਮ੍ਰਿਤਸਰ, ਅੰਮ੍ਰਿਤਸਰ ਅਤੇ ਪਾਰਲੀਮੈਂਟ 'ਚ ਅਤੇ ਸੈਂਟਰ 'ਚ ਅਤੇ ਗਾਹ ਇੰਟਰਨੈਸ਼ਨਲ ਰੂਟ ਵੀ ਬਣਾਵਾਂਗੇ। ਅਤੇ ਇੱਕ ਹੋਰ ਲਾਸਟ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੱਲ੍ਹ ਅਮਰੀਕਨ ਚੇਂਬਰ ਅਤੇ ਫਿੱਕੀ ਇੱਥੇ ਇਕੱਠੇ ਹੋ ਕੇ, ਕਈ ਅਮਰੀਕਨ ਕੰਪਨੀਆਂ ਆ ਰਹੀਆਂ ਨੇ, ਸਾਡੇ ਲੋਕਲ ਕੰਪਨੀਆਂ ਨਾਲ ਗੱਲਬਾਤ ਕਰ ਲਈ, ਸਾਡੇ ਸਟੂਡੈਂਟਾਂ ਨਾਲ ਗੱਲਬਾਤ ਕਰ ਲਈ ਕਿ ਕਿਹੜੇ ਆਲਟਰਨੇਟਿਵ ਨੇ ਉਹਨਾਂ ਨੂੰ ਮਿਲ ਸਕਦੇ ਨੇ, ਇਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਮੈਂ ਇਹੋ ਹੀ ਕੋਨਫੀਡੈਂਸ ਨਾਲ ਕਹਿ ਰਿਹਾ ਕਿ ਜਿਸ ਤਰ੍ਹਾਂ ਅਮਰੀਕਾ ਤੋਂ ਇਨਵੈਸਟਮੈਂਟਾਂ ਇੰਡੀਆ 'ਚ ਆਈਆਂ, ਤੁਹਾਡੇ ਸਾਰੇ ਸਹਿਯੋਗ ਨਾਲ, ਤੁਹਾਡੀ ਸਪੋਰਟ ਨਾਲ ਬਿਲਕੁਲ ਅੰਮ੍ਰਿਤਸਰ ਬਦਲਾਂਗੇ। ਇੱਕ ਸਪੈਸ਼ਲ ਪੈਕੇਜ ਲੈ ਕੇ ਆਵਾਂਗੇ ਅਤੇ ਮੈਂ ਤੁਹਾਨੂੰ ਕਿਹਾ ਗਾਂਧੀ ਗਰਾਊਂਡ 'ਚ IPL ਕਰਵਾਵਾਂਗੇ, ਜਿਹੜਾ ਕਨਵੈਨਸ਼ਨ ਸੈਂਟਰ ਹੈ ਉਹ ਕਰਵਾਵਾਂਗੇ। ਲੇਕਿਨ ਉਹ ਸਭ ਤੋਂ ਪਹਿਲਾਂ ਜਿਹੜੀਆਂ ਮੈਂ ਤੁਹਾਨੂੰ ਕਾਰਗੋ ਦੀਆਂ ਚੀਜ਼ਾਂ ਦੱਸੀਆਂ, ਜਿਹੜੀਆਂ ਆਪਾਂ ਪੰਜਾਬੀ ਜੁੱਤੀਆਂ ਦੀਆਂ ਚੀਜ਼ਾਂ ਦੱਸੀਆਂ, ਜਿਹੜੀਆਂ ਵਾਲਮਾਰਟ ਦੀਆਂ ਚੀਜ਼ਾਂ ਦੱਸੀਆਂ,
ਇਹ ਕੰਪਨੀਆਂ ਅੰਮ੍ਰਿਤਸਰ ਅਗਲੇ ਇੱਕ ਹਫ਼ਤੇ 'ਚ ਹੀ ਆ ਰਹੀਆਂ ਨੇ, ਇਹ ਮਿਲ ਕੇ ਜਾਣਗੀਆਂ, ਆਪਾਂ ਸਾਰੇ ਮਿਲ ਕੇ ਇਹ ਚੀਜ਼ ਆਪਣੇ ਅੰਮ੍ਰਿਤਸਰੀਆਂ ਲਈ ਕਰਵਾਈਏ, ਮੈਂ ਕੌਨਫੀਡੈਂਟ ਹਾਂ।